अज सवेर दे करीब 4:32 हो चुके हैं। आओ आप चलते हैं बाजार दे विच ते वेखदे हैं कि वाकई ही आशू की हट्टी सवेरे 5 बजे खुलती है जां लोगों नूं मूर्ख बनाया जा रहा है। ये आशू हट्टी वाले ना ओपन चैलेंज आ ते गारंटी भी मैं 2 साल की 3 साल की गारंटी भी नाल लेके दूंगा। चैलेंज करना इन्हां नूं पसंद आ, अपने मुंहों कड्ढे बोल पकाउणा उदों वड्डा पसंद आ। ਇਹ ਤੁਹਾਨੂੰ ਕੋਟ ਪੈਂਟ ਜਾਂ ਬਾਜ਼ਾਰ ਦੇ ਵਿੱਚ 4,000 4,500 10,000 ਚ ਵੀ ਮਿਲਦਾ ਪਿਆ, ਅਸੀਂ ਦੇਣਾ ਤੁਹਾਨੂੰ 500 ਤੇ 72 ਰੁਪਏ ਦਾ। ਮੈਂ ਕੋਟ ਪੈਂਟ ਪੂਰਾ ਕਹਿੰਦਾ ਵਾਂ, ਕੋਟ ਪੈਂਟ 3 ਮੀਟਰ ਪੂਰਾ 572 ਰੁਪਏ ਦਾ। ਮੈਨੂੰ ਲੱਗਦਾ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਕੋਟ ਪੈਂਟ 572 ਰੁਪਏ ਦਾ ਨਹੀਂ ਮਿਲਦਾ ਹੋਊਗਾ। ਵੱਡੀ ਗੱਲ ਇਹ ਹੈ ਬ੍ਰਾਂਡ ਆ ਬ੍ਰਾਂਡ, ਇਹ ਨਹੀਂ ਹੈਗਾ ਵੀ ਕੋਈ ਹਲਕਾ ਕੱਪੜਾ ਜਾਂ ਚਾਲੂ ਮਾਲ ਆ। ਆਂਟੀ ਜੀ ਕਿੱਥੋਂ ਆਏ ਹੋ ਤੁਸੀਂ? ਸ਼ਹਿਰ ਜੀ ਯੂਪੀ ਤੋਂ। ਯੂਪੀ ਤੋਂ ਆਏ ਹੋ? ਜਿਹੜਾ ਕਹਿੰਦਾ ਬ੍ਰਾਂਡ ਬਣਾਉਣ ਲਈ ਮਿਹਨਤ ਵੀ ਕਰਨੀ ਪੈਂਦੀ ਆ, ਹੱਲੇ ਵੀ ਅੱਖਾਂ 'ਚ ਪੂਰੀ ਨੀਂਦ ਆ। ਮੈਨੂੰ ਕਹੂੰਗਾ ਹੁਣ ਸੋਇਆ, ਮੈਂ ਹੁਣ ਸੋਏ ਨਾ। ਜਿਵੇਂ ਫੈਕਟਰੀ ਵਾਲੇ ਆ, ਆਪਾਂ ਇੱਕ ਕੋਟ ਪੈਂਟ 572 ਰੁਪਏ ਦਾ ਲੈਂਦੇ, ਕਲੀਅਰ ਕਰ ਲਈਏ। ਕੋਈ ਫੈਕਟਰੀ ਵਾਲਾ ਬਾਊ ਆ ਜਾਂਦਾ ਵੀ ਮੈਨੂੰ ਚਾਹੀਦਾ 100, ਮੈਨੂੰ ਚਾਹੀਦਾ 200, ਥੋੜ੍ਹੀ ਬਹੁਤੀ ਰਿਆਇਤ ਕਰ ਦੂੰਗੇ? ਨਹੀਂ ਨਹੀਂ, ਹੁਣ 2 ਰੁਪਏ ਵੀ ਨਾਲ ਲੈਣੇ ਆ। ਮੈਂ ਕਿਹਾ ਠੀਕ ਆ, ਬੋਲਦੇ ਆ, ਤੁਸੀਂ ਜਾਓ ਆਸ਼ੂ ਦੀ ਹੱਟੀ ਤੇ ਚੈੱਕ ਕਰੋ। ਤੁਸੀਂ ਜਾ ਕੇ ਕਹੋ ਭਾਈ 225 ਰੁਪਏ ਦਾ ਕੰਬਲ ਲੈਣਾ, ਹੋਰ ਸਿੰਗਲ ਸਾਨੂੰ 225 ਦਾ ਕੰਬਲ ਨਹੀਂ ਮਿਲੂਗਾ। ਸਾਨੂੰ ਸੱਦ ਲਿਓ, ਅਸੀਂ ਉੱਥੇ ਜਾ ਕੇ ਵੀਡੀਓ ਬਣਾ ਕੇ ਕਹਾਂਗੇ ਵੀ ਝੂਠ ਆ। ਬਿਲਕੁਲ, ਇਹ ਕੁੜਤਾ ਮੈਂ ਮਾਰਕੀਟ ਵਿੱਚ 2,800 3,000 ਨੂੰ ਵਿਕ ਰਿਹਾ ਆ ਬੜੇ ਆਰਾਮ ਨਾਲ। ਉਹ ਤੁਹਾਨੂੰ ਕੱਪੜਾ ਤਲਾ ਕੇ ਪਰ ਲੱਗੇ ਜਾਣਾ, ਅਸੀਂ ਤੁਹਾਨੂੰ ਉੱਪਰ ਚਲੇ ਜਾ 500 ਰੁਪਏ ਦਾ ਕੁੜਤਾ ਮੈਂ ਦੇਵਾਂਗੇ 500 ਰੁਪਏ ਦਾ। 5 ਵਜੇ ਮੈਨੂੰ ਨਹੀਂ ਲੱਗਦਾ ਕੋਈ ਦੁਨੀਆ 'ਤੇ ਦੁਕਾਨ ਖੋਲ੍ਹਦੀ ਹੋਊਗੀ ਕੱਪੜੇ ਦੀ। ਸਬਜ਼ੀ ਦੀਆਂ ਫੜੀਆਂ ਵੀ 6-7 ਵਜੇ ਖੁੱਲ੍ਹਦੀਆਂ, ਕੱਪੜੇ ਦੀ ਦੁਕਾਨ ਦੁਨੀਆ ਦੇ ਸਿਰਫ ਆਸ਼ੂ ਹੱਟੀ ਖੁੱਲ੍ਹਦੀ 5 ਵਜੇ। ਮੈਂ ਭਾਣ ਵੀ ਮੰਗਾ ਲਿਆ ਰੱਖ ਲਈ ਅੱਜ, ਕਸਟਮਰ ਨੂੰ ਮੋੜਨੇ ਵੀ ਆ, ਜਿਹਨੇ 580 ਦਿੱਤੇ ਉਹਨੂੰ 8 ਰੁਪਏ ਮੋੜਨੇ ਵੀ ਆ। ਬਾਕੀ ਗੱਲ ਆ ਸਬਜ਼ੀਆਂ ਲੈਣ ਵੀ ਤੁਸੀਂ ਘਰੋਂ 6 ਵਜੇ ਨਹੀਂ ਨਿਕਲਦੇ, ਕਿਹੜਾ ਦਿਨ ਚੜੇ ਜਾਵਾਂਗੇ? ਇੱਥੇ ਸੂਟ ਲੈਣ ਆ ਰਹੇ ਆ 6 ਵਜੇ ਸਵੇਰ ਨੂੰ, 5 ਵਜੇ ਆ ਰਹੇ ਆ, 4:30 ਆ ਰਹੇ ਆ। ਜਿੱਦਾਂ ਦੇ ਭਾਜੀ ਆ ਇੱਦਾਂ ਦੇ ਗਾਹਕ ਬਣ ਚੁੱਕੇ ਆ। 5 ਵਜੇ ਆਉਂਦੇ ਨਾ 4:30 ਬਾਹਰ ਖੜੇ ਆ ਵੀ ਕਦੋਂ ਖੁੱਲ੍ਹਣੀ ਦੁਕਾਨ, ਕਦੋਂ ਆਉਣਾ, ਕਿਸ ਤਰੀਕੇ ਨਾਲ ਕਰਨਾ। ਸੋ ਗੱਲ ਇਹ ਆ ਵੀ ਜਿੱਥੋਂ ਫਾਇਦਾ ਮਿਲਦਾ ਬੰਦਾ ਉੱਥੇ ਜਾਂਦਾ। ਫਗਵਾੜਾ ਦੇ ਲੋਕਾਂ ਲਈ ਪ੍ਰਾਊਡ ਵਾਲੀ ਗੱਲ ਆ, ਫਗਵਾੜਾ ਦੇ ਲੋਕਾਂ ਲਈ ਬ੍ਰਾਂਡ ਬਣ ਗਿਆ ਆ। ਜਦੋਂ ਕਿਤੇ ਆਸ਼ੂ ਦੀ ਹੱਟੀ ਦਾ ਨਾਂ ਵੱਜਦਾ ਫਗਵਾੜੇ ਦਾ ਨਾਂ ਵੱਜਦਾ, ਜਦੋਂ ਫਗਵਾੜੇ ਦਾ ਨਾਂ ਵੱਜਦਾ ਤੇ ਆਸ਼ੂ ਦੀ ਹੱਟੀ ਦਾ ਨਾਂ ਵੱਜਦਾ, ਕਿਉਂਕਿ ਆਪਾਂ ਕਹੀਦਾ ਹੁੰਦਾ ਦਿੱਲੀ ਦਾ ਇੰਡੀਆ ਗੇਟ। ਵੱਡੀਆਂ ਗੱਲਾਂ ਇਹ ਆ ਬਈ ਜਿੰਨਾ ਕੁ ਸਮਾਨ ਆਉਂਦਾ ਆ ਇੰਨਾ ਕੁ ਰਸ਼ ਪੈਂਦਾ, ਇੰਨੇ ਕੁ ਲੋਕ ਵਿਸ਼ਵਾਸ ਬਣਾਈ ਬੈਠੇ ਆ, 2-2 ਘੰਟੇ ਦੇ ਵਿੱਚ ਖਾਲੀ ਹੋ ਰਿਹਾ ਆ। ਵੱਡੀ ਗੱਲ ਇਹ ਆ ਤੁਸੀਂ ਵੀ ਆਹ ਚੀਜ਼ਾਂ ਵੇਖਦੇ ਆ ਤੇ ਜਲਦੀ ਜਲਦੀ ਆ ਕੇ ਲੈ ਜਾਓ। ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਆ ਹਰਦੀਪ ਸਿੰਘ ਤੱਗੜ। ਅੱਜ ਸਵੇਰ ਦੇ ਕਰੀਬ 4:32 ਹੋ ਚੁੱਕੇ ਆ ਤੇ ਅਸੀਂ ਫਗਵਾੜਾ ਦੇ ਗਾਂਧੀ ਚੌਂਕ ਤੇ ਥਾਣਾ ਸਿਟੀ ਦੇ ਬਾਹਰ ਖੜੇ ਹੋਏ ਆ। ਅੱਜ ਅਸੀਂ ਗੱਲ ਕਰਾਂਗੇ ਕਿ ਜੋ ਪੂਰੀ ਦੁਨੀਆ ਦੇ ਵਿੱਚ ਸਸਤਾ ਕੱਪੜਾ ਵੇਚ ਕੇ ਧੱਕ ਪਾਉਣ ਵਾਲੇ ਆਸ਼ੂ ਦੀ ਹੱਟੀ ਦੀ, ਕਿਉਂਕਿ ਆਸ਼ੂ ਦੀ ਹੱਟੀ ਵੱਲੋਂ ਅਕਸਰ ਹੀ ਆਪਣੀ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਜਾਂਦਾ ਕਿ ਉਹ ਕਰੀਬ ਸਵੇਰੇ 4:30 ਜਾਂ 5 ਵਜੇ ਦੁਕਾਨ ਖੋਲ੍ਹ ਲੈਂਦੇ ਆ। ਅਸੀਂ ਦੇਖਾਂਗੇ ਕਿ ਉਹ ਆਪਣੀ ਸਿਰਫ ਝੂਠੀ ਪ੍ਰਮੋਸ਼ਨ ਦੇ ਲਈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਤੇ ਨਹੀਂ ਬੋਲ ਰਹੇ, ਜਾਂ ਵਾਕਈ ਹੀ ਆਪਣੇ ਮੂੰਹ ਵਿੱਚੋਂ ਕਹੇ ਹੋਏ ਸ਼ਬਦਾਂ ਦੇ ਪੂਰਾ ਉਤਰਦੇ ਆ। ਕਿਉਂਕਿ ਜੇਕਰ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈਏ ਜਾਂ ਫਗਵਾੜਾ ਸ਼ਹਿਰ ਦੀ ਹੀ ਗੱਲ ਕਰ ਲਈਏ ਤਾਂ ਕਰੀਬ 10 ਵਜੇ ਜਿਹੜੇ ਕਿ ਬਾਜ਼ਾਰ ਖੁੱਲ੍ਹਦੇ ਹੈਗੇ ਆ, ਦੁਕਾਨਾਂ ਖੁੱਲ੍ਹਦੀਆਂ, ਜੇਕਰ ਆਪਾਂ ਥੋੜ੍ਹਾ ਸਮਾਂ ਪਹਿਲਾਂ ਦੀ ਗੱਲ ਕਰ ਲਈਏ ਤਾਂ 8 ਵਜੇ ਤੋਂ ਪਹਿਲਾਂ ਕੋਈ ਦੁਕਾਨ ਨਹੀਂ ਖੁੱਲ੍ਹਦੀ। ਹੁਣ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਬਾਜ਼ਾਰ ਦੇ ਵਿੱਚ, ਦੇਖਾਂਗੇ ਕਿ ਕੋਈ ਦੁਕਾਨ ਖੁੱਲ੍ਹੀ ਆ ਜਾਂ ਨਹੀਂ ਖੁੱਲ੍ਹੀ ਹੈਗੀ। ਉਸ ਤੋਂ ਬਾਅਦ ਅਸੀਂ ਜਿਹੜਾ ਕਿ ਆਸ਼ੂ ਦੀ ਹੱਟੀ 'ਤੇ ਵੀ ਜਾਵਾਂਗੇ ਅਤੇ ਦੇਖਾਂਗੇ ਕੀ ਉਹ ਝੂਠ ਬੋਲ ਰਹੇ ਆ ਜਾਂ ਕੀ ਉਹ ਸੱਚ ਬੋਲ ਰਹੇ ਹੈਗੇ ਆ। ਇਹ ਤਾਂ ਆਪਾਂ ਕੈਮਰੇ ਦੇ ਅੱਗੇ ਤੁਹਾਨੂੰ ਲਾਈਵ ਸਿੱਧਾ ਚੈੱਕ ਕਰਾਵਾਂਗੇ। ਆਓ ਆਪਾਂ ਚੱਲਦੇ ਹਾਂ ਬਾਜ਼ਾਰ ਦੇ ਵਿੱਚ ਅਤੇ ਵੇਖਦੇ ਹਾਂ ਕਿ ਵਾਕਈ ਹੀ ਆਸ਼ੂ ਦੀ ਹੱਟੀ ਸਵੇਰੇ 5 ਵਜੇ ਖੁੱਲ੍ਹਦੀ ਆ ਜਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਆ। ਆਓ ਚੱਲੀਏ। ਸੋ ਹੁਣ ਅਸੀਂ ਇੱਥੋਂ ਤੁਰ ਪਏ ਹਾਂ, ਪੂਰਾ ਬਾਜ਼ਾਰ ਦੇਖ ਕੇ ਆਸ਼ੂ ਦੀ ਹੱਟੀ 'ਤੇ ਜਾਵਾਂਗੇ ਅਤੇ ਦੇਖਾਂਗੇ ਕੀ ਉਹ ਆਪ ਆ ਕੇ ਉੱਥੇ ਬੈਠੇ ਹੋਏ ਆ। ਇਹ ਤਾਂ ਹੁਣ ਲਾਈਵ ਤੁਸੀਂ ਦੇਖ ਰਹੇ ਹੈਗੇ ਆ,
ਪਹਿਲਾਂ ਤਾਂ ਅਸੀਂ ਬਾਕੀ ਬਾਜ਼ਾਰ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਜਿੱਥੇ ਕਿ ਅਜੇ ਸਾਰਾ ਬਾਜ਼ਾਰ ਬੰਦ ਹੈਗਾ। ਅਜੇ ਤੱਕ ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਦਿਖਾਈ ਦੇ ਰਹੀ, ਨਾ ਹੀ ਕੋਈ ਅਜੇ ਵਰਕਰ ਜਾਂ ਓਨਰ ਜਿਹੜਾ ਸ਼ੋਪ ਦਾ ਆ ਕੇ ਅਜੇ ਆਪਣੇ ਦੁਕਾਨ ਦੀ ਸ਼ੁਰੂਆਤ ਵੀ ਕਰ ਰਿਹਾ, ਖੋਲ੍ਹ ਵੀ ਰਿਹਾ ਆ, ਪਰ ਅਜੇ ਹੋਰ ਵੀ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਸੋ ਫਾਈਨਲੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਆਸ਼ੂ ਦੀ ਹੱਟੀ 'ਤੇ। ਤੁਸੀਂ ਵੇਖ ਸਕਦੇ ਹੋ ਕਿ ਆਸ਼ੂ ਦੀ ਹੱਟੀ ਨੇ ਜੋ ਕਿਹਾ ਉਹ ਕਰਕੇ ਵੀ ਦਿਖਾਇਆ ਆ। ਬਾਕੀ ਜਿਹੜਾ ਕਿ ਕਰੀਬ 5 ਵਜੇ ਦੇ ਇਸ ਦੁਕਾਨ ਨੂੰ ਖੋਲ੍ਹ ਦਿੱਤਾ ਜਾਂਦਾ ਆ। ਤੁਸੀਂ ਆਹ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗੇ, ਸਿਨੇਮਾ ਰੋਡ 'ਤੇ ਖੜ੍ਹੇ ਹਾਂ, ਤੁਸੀਂ ਵੇਖ ਸਕਦੇ ਹੋ ਸਾਰਾ ਸਿਨੇਮਾ ਰੋਡ ਇਸ ਵੇਲੇ ਜਿਹੜਾ ਕਿ ਬੰਦ ਹੈਗਾ। ਅਜੇ ਤੱਕ ਕੋਈ ਵੀ ਦੁਕਾਨਦਾਰ ਅਜੇ ਤੱਕ ਕਿਸੇ ਨੇ ਵੀ ਆ ਕੇ ਆਪਣਾ ਕੰਮ ਦੀ ਸ਼ੁਰੂਆਤ ਨਹੀਂ ਕੀਤੀ, ਪਰ ਆਸ਼ੂ ਦੀ ਹੱਟੀ ਵੱਲੋਂ ਜਿਹੜੇ ਲੋਕ ਵੀ ਦੂਰੋਂ ਦੂਰੋਂ ਆਉਂਦੇ ਆ, ਇਹਨਾਂ ਦੇ ਗ੍ਰਾਹਕ ਵੀ ਇਸ ਤਰ੍ਹਾਂ ਦੇ ਬਣੇ ਹੋਏ ਆ ਜੋ ਸਵੇਰੇ ਹੀ ਆ ਕੇ ਇਹਨਾਂ ਦੇ ਕੋਲ ਵੇਟ ਕਰਦੇ ਆ, ਸਵੇਰ ਤੋਂ ਇੱਥੇ ਆਉਣਾ ਸ਼ੁਰੂ ਹੋ ਜਾਂਦੇ ਆ। ਹੁਣ ਆਪਾਂ ਅੰਦਰ ਚੱਲਦੇ ਹਾਂ ਅਤੇ ਵੇਖਦੇ ਹਾਂ ਕੀ ਕੰਮ ਕਾਰ ਚੱਲ ਰਿਹਾ ਹੈਗਾ। ਸੋ ਤੁਸੀਂ ਵੇਖ ਸਕਦੇ ਹੋ ਕਿ ਆਸ਼ੂ ਦੀ ਹੱਟੀ 'ਤੇ ਪੂਰਾ ਸਟਾਫ ਵੀ ਆ ਚੁੱਕਾ ਹੈਗਾ ਆ, ਕਿਉਂਕਿ ਹਰ ਵਾਰ ਦੀ ਤਰ੍ਹਾਂ ਮੈਨੂੰ ਲੱਗਦਾ ਵੀ ਭਾਈ ਹੁਣੀ ਇਸ ਵਕਤ ਫੇਸਬੁੱਕ 'ਤੇ ਲਾਈਵ ਹੋਇਆ, ਕਿਉਂਕਿ ਇਹਨਾਂ ਦਾ ਇੱਕੋ ਮਕਸਦ ਹੁੰਦਾ ਜੋ ਇਹਨਾਂ ਦੇ ਕੋਲ ਕੁਆਲਿਟੀ ਆਉਂਦੀ ਆ। ਕਿਉਂਕਿ ਦਿਨ ਦੇ ਵਿੱਚ 3 ਵਾਰ ਇੱਥੇ ਜਿਹੜੇ ਵਪਾਰੀ ਆ ਵੱਡੇ ਵੱਡੇ ਮਿੱਲਾਂ ਵਾਲੇ ਆ ਕੇ ਇੱਥੇ ਕੱਪੜਾ ਦੇ ਕੇ ਜਾਂਦੇ ਆ, ਅਤੇ 2 ਘੰਟੇ ਦੇ ਵਿੱਚ ਹੀ ਜਿਹੜੇ ਇੱਥੇ ਟਰੱਕਾਂ ਦੇ ਟਰੱਕ ਖਾਲੀ ਹੋ ਜਾਂਦੇ ਆ। ਇਹ ਇੱਕ ਬਹੁਤ ਵੱਡੀ ਗੱਲ ਆ ਜੋ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ, ਹਰਿਆਣੇ ਤੋਂ, ਹਿਮਾਚਲ ਤੋਂ ਦੂਰੋਂ ਦੂਰੋਂ ਆ ਰਹੇ ਆ ਲੋਕ ਇੱਥੇ। ਇਹ ਵੀ ਗੱਲ ਦੇਖਣ ਨੂੰ ਮਿਲ ਰਹੀ ਆ ਕਿ ਜਿਨ੍ਹਾਂ ਨੇ ਸ਼ੋਪਿੰਗ ਕਰਨੀ ਹੁੰਦੀ ਆ ਉਹ ਰਾਤ ਨੂੰ ਇੱਥੇ ਆ ਜਾਂਦੇ ਆ, ਇੱਥੇ ਆ ਕੇ ਹੋਟਲ ਬੁੱਕ ਕਰਦੇ ਆ, ਰਾਤ ਰਹਿ ਕੇ ਸਵੇਰ ਤੋਂ ਇੱਥੇ 6-7-8 ਵਜੇ ਆ ਕੇ ਸ਼ਾਮ ਤੱਕ ਸਾਰਾ ਦਿਨ ਸ਼ੋਪਿੰਗ ਕਰਦੇ ਆ, ਅਤੇ ਟੈਚੀ ਭਰ ਕੇ ਇੱਥੋਂ ਕੱਪੜਿਆਂ ਦੇ ਲੈ ਕੇ ਵਾਪਸ ਜਾਂਦੇ ਆ। ਪਰ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਉਮਰ ਤੱਕੜ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਠੀਕ ਠਾਕ। ਅਸੀਂ ਅੱਜ ਦੇਖਣਾ ਚਾਹੁੰਦੇ ਸੀ ਤੁਸੀਂ ਕੁਛ ਕੰਮ ਕਰ ਰਹੇ ਲੱਗਦੇ, ਮੈਂ ਲਾਈਵ 'ਤੇ ਹਾਂ। ਇਹ ਆਪਾਂ ਥੋੜ੍ਹਾ ਚਿਰ ਇਹਨੂੰ ਲਾਈਵ ਨੂੰ ਰੋਕ ਲਈਏ, ਹੋ ਸਕਦਾ ਕੁਛ ਇੱਦਾਂ? ਚਲੋ ਇੱਦਾਂ ਕਰੋ ਫਿਰ, ਲਾਈਵ ਤੂੰ ਫੜ ਲੈ ਮੇਰੇ ਬਹੁਤ ਸੁਣ ਬਾਈ ਮਾਲ। ਹਾਂਜੀ ਹੁਣ ਹੋਊਗਾ ਭਾਅ ਜੀ, ਅਸੀਂ ਚੈੱਕ ਕਰਨ ਆਏ ਸੀ ਕਿਉਂਕਿ ਤੁਸੀਂ ਬੜਾ ਰੌਲਾ ਪਾਉਂਦੇ ਹੋ ਜਦੋਂ ਫੇਸਬੁੱਕ 'ਤੇ ਲਾਈਵ ਹੁੰਦੇ ਹੋ ਤੁਸੀਂ ਹਮੇਸ਼ਾ, ਜਦੋਂ ਤੁਹਾਡੀ ਕੋਈ ਵੀ ਇੰਟਰਵਿਊ ਹੁੰਦੀ ਆ ਤੁਸੀਂ ਉੱਤੇ ਵੀ ਕਹਿੰਦੇ ਹੋ ਵੀ ਤੁਸੀਂ 5 ਵਜੇ ਸ਼ੋਪ ਖੋਲ੍ਹ ਰਹੇ ਹੋ, 4:30 ਆ ਜਾਂਦੇ ਹੋ, ਅਸੀਂ ਇਹ ਦੇਖਣਾ ਚਾਹੁੰਦੇ ਸੀ। ਅਸੀਂ ਵੀ ਘਰੋਂ ਸਵੇਰ ਦੇ 4 ਵਜੇ ਨਿਕਲੇ ਹੋਏ ਹਾਂ ਅਤੇ ਅਸੀਂ ਸਾਰਾ ਬਾਜ਼ਾਰ ਵੀ ਦੇਖ ਕੇ ਆਏ ਹਾਂ ਵੀ ਹੋਰ ਵੀ ਨਿਕਲੇ। ਭਾਅ ਜੀ ਤੁਸੀਂ ਬੜਾ ਜਾਂਦੇ ਕਿੰਨੇ ਵਜੇ ਸ਼ਾਮ ਨੂੰ? ਸਾਨੂੰ 10-11 ਰੂਮ ਵੱਜਦੇ ਆ, ਰਾਤੀ ਥੋੜ੍ਹਾ ਜਲਦੀ ਚਲੇ ਗਏ, ਮਾਲ ਮੂਲ ਤਿਆਰ ਲਾਇਆ, ਮੈਂ ਲਾਈਵ ਅੱਜ ਹੋਣਾ ਸੀ, ਕਿੰਨਾ ਚਿਰ ਹੋ ਗਿਆ ਲਾਈਵ ਨਹੀਂ ਹੋਇਆ ਸੀ ਮੇਰੇ ਕੋਲ। ਭਾਅ ਜੀ ਤੁਸੀਂ ਕਹਿੰਦੇ ਹੋ 11 ਵਜੇ ਜਾਂਦੇ ਹੋ, ਰੋਟੀ ਪਾਣੀ ਖਾਂਦਿਆਂ ਨੂੰ 12-1 ਵੱਜ ਜਾਂਦਾ, ਸੌਂਦਿਆਂ ਨੂੰ ਵੱਜ ਜਾਂਦਾ, 12 ਵੱਜ ਜਾਂਦੇ ਆ, 11 ਵਜੇ ਜਾ ਕੇ 12 ਵੱਜ। ਜੇ ਤੁਸੀਂ 4:30 ਇੱਥੇ ਪਹੁੰਚਦੇ ਹੋ ਜਾਂ 5 ਵਜੇ ਪਹੁੰਚਦੇ ਹੋ, 4 ਵਜੇ ਸੁੱਤੇ ਉੱਠਦੇ ਹੋਵੋਗੇ, ਆਉਣਾ ਪੈਣਾ ਜੀ, ਵਰਾਇਟੀ ਵੀ ਆਈ ਹੁੰਦੀ, ਕਸਟਮਰ ਵੀ ਆਇਆ ਹੁੰਦਾ। ਵੱਡੀ ਗੱਲ, ਨੀਂਦ ਕਿੱਦਾਂ ਪੂਰੀ? ਨੀਂਦ ਇੱਦਾਂ ਹੀ ਆ, ਹੁਣ ਕੱਲ੍ਹ ਛੁੱਟੀ ਆ, ਕੱਲ੍ਹ ਰੈਸਟ ਕਰ ਲੈਣੀ ਆਪਾਂ, ਕੱਲ੍ਹ ਦਾ ਆਪਾਂ ਰੈਸਟ ਕਰ ਲੈਣੀ। ਭਾਈ ਇੱਕ ਤਾਂ ਦਿਨ ਤਾਂ ਚੱਲ ਜਾਂਦਾ ਪਰ ਰੂਟੀਨ ਦੇ ਵਿੱਚ ਹੀ ਪੂਰਾ ਪੂਰਾ ਹਫ਼ਤਾ? ਜੇ ਮੈਂ 5 ਵਜੇ ਨਹੀਂ ਆਊਂਗਾ, ਮਾਲ ਬਹੁਤ ਜ਼ਿਆਦਾ ਆਇਆ ਹੁੰਦਾ, ਹੁਣ ਤੁਹਾਡੇ ਮੂਹਰੇ ਸਾਰੇ ਮਾਲ ਰਾਤੀ ਜਿਹੜਾ ਆਇਆ ਇਹ ਮਲਾ ਚੁੱਕੇ ਹਾਂ, ਇਹ ਬਸ ਹੁਣ ਖਾਨੇ ਫਿੱਟ ਕਰਨਾ, ਇੱਕ ਮੈਂ ਲਾਈਵ ਹੋਣਾ ਇਹਦੇ ਬਾਰੇ, ਲਾਈਵ ਹੋ ਕੇ ਇਹ ਤਾਂ ਭਾਈ ਬੱਕਰੀਆਂ ਕੋਈ ਆਈਟਮਸ ਲੱਗ ਰਹੀਆਂ ਕਿਉਂਕਿ ਤੁਸੀਂ ਸੂਟਾਂ ਦੀ ਹਮੇਸ਼ਾ ਗੱਲ ਕਰਦੇ ਹੋ ਤੇ ਜੈਂਟਸ ਵੀ ਤੇ ਜੈਂਟਸ ਦੀ ਬੋਰ ਕਾਰਮੈਂਟ ਆ ਰਹੀ ਸੀ ਬਹੁਤ ਜ਼ਿਆਦਾ, ਮੈਂ ਲੇਡੀਜ਼ ਸੂਟ ਇਹ ਸੂਟ ਦਿਖਾਉਂਦੇ ਹਾਂ ਸਾਰਾ, ਅਸੀਂ ਆਉਂਦੇ ਹਾਂ ਅਸੀਂ ਤੁਹਾਡੇ ਕੋਲ ਬਹਿ ਕੇ ਬੋਰ ਹੋ ਜਾਂਦੇ ਹਾਂ, ਤੁਹਾਡੇ ਕੋਲ ਜੈਂਟਸ ਵਾਸਤੇ ਕੁਛ ਵੀ ਨਹੀਂ ਦਿਖਾ। ਹੁਣ ਮੈਂ ਜੈਂਟਸ ਵਾਸਤੇ ਸਾਰੀ ਸ਼ਰਟਾਂ ਆ ਦੇਖ ਸਕਦੇ, ਸਾਰੇ ਰੰਗ ਸ਼ਰਟਾਂ ਦੇ ਜੀ, ਆ ਜਿੰਨੇ ਵੀ ਰੰਗ ਲਉਂਗੇ ਸਾਰੀਆਂ ਰੈਡ ਸ਼ਰਟਾਂ ਆ, ਅਤੇ ਇਸ ਤੋਂ ਬਾਅਦ ਮੇਰੇ ਕੋਲ ਕੋਟ ਪੈਂਟ ਵੀ ਆ। ਪਰ ਭਾਅ ਜੀ ਤੁਸੀਂ ਵੀ ਜਿਵੇਂ ਬਾਕੀ ਸਾਰੇ ਦੁਕਾਨਦਾਰ ਆਉਂਦੇ ਆ, ਆਪਣਾ ਟਾਈਮ ਹੁੰਦਾ 8-9-10 ਵਜੇ ਦਾ, ਤੁਸੀਂ ਵੀ ਲੇਟ ਆ ਸਕਦੇ, ਤੁਸੀਂ ਖੁਦ ਵੀ ਆਉਂਦੇ ਹੋ, ਤੁਹਾਡਾ ਸਟਾਫ ਵੀ ਤੁਹਾਡੇ ਨਾਲ ਇੱਥੇ ਬੈਠਾ ਹੋਇਆ ਆ। ਮੇਰੇ ਕੋਲ ਕਸਟਮਰ ਵੀ ਆਉਂਦਾ ਜੀ, ਜੇ ਮੈਂ ਲੇਟ ਆਊਂਗਾ ਕਸਟਮਰ ਨੇ ਬਹੁਤ ਜ਼ਿਆਦਾ ਤੰਗ ਹੋਣਾ, ਕਈ ਵੇਲੇ ਦੁਪਹਿਰ ਨੂੰ ਇੰਨਾ ਰਸ਼ ਹੁੰਦਾ ਆ ਬਹੁਤ ਜ਼ਿਆਦਾ, ਅਗਲੇ ਦੀ ਵਾਰੀ ਨਹੀਂ ਆਉਂਦੀ, ਫਿਰ ਅਸੀਂ ਅਗਲੇ ਦੀ ਸਹੂਲਤ ਦੇਣ ਲਈ ਅਗਲੇ ਨੂੰ ਇਹੀ ਕਹੀਦਾ ਵੀ ਤੂੰ ਸਵੇਰੇ ਆ ਜਾ। ਅਸੀਂ ਪਿਛਲੀ ਵਾਰੀ ਗੌਰਵ ਭਾਈ ਨਾਲ ਗੱਲ ਕੀਤੀ ਸੀ ਵੱਡੀ ਦੁਕਾਨ 'ਤੇ, ਉੱਧਰ ਆਸ਼ੂ ਦੀ ਹੱਟੀ ਇੰਡੀਆ 'ਤੇ, ਉਹ ਕਹਿੰਦੇ ਸੀਗੇ ਸਾਡੇ ਜਿਹੜੇ ਦੂਰੋਂ ਗਾਹਕ ਆਉਂਦੇ ਆ, ਚਾਹੇ ਦਿੱਲੀ, ਹਰਿਆਣਾ, ਹਿਮਾਚਲ ਆ ਲਓ, ਵੀ ਇੱਕ ਦਿਨ ਪਹਿਲਾਂ ਆ ਜਾਂਦੇ ਅਤੇ ਇੱਥੇ ਹੋਟਲ ਬੁੱਕ ਕਰਦੇ ਆ, ਸਵੇਰ ਤੋਂ ਇੱਥੇ ਸ਼ੋਪਿੰਗ ਕਰਨ ਆ ਜਾਂਦੇ। ਰਾਤੀ ਵੀ 2-3 ਬੰਦਿਆਂ ਨੇ ਸਟੇਅ ਕੀਤੀ ਹੋਈ ਰਾਤ ਦੀ, ਅੱਜ ਉਹ ਆਉਣ ਵਾਲੀ ਆ, ਬਸ ਉਹਨਾਂ ਦੀ ਤਿਆਰੀ ਆ, ਉਹਨਾਂ ਨੇ ਆਉਣਾ, ਉਹਨਾਂ ਨੇ 9 ਤੋਂ ਪਹਿਲਾਂ ਸ਼ੋਪਿੰਗ ਕਰਕੇ ਆਪਣਾ ਨਿਕਲ ਜਾਣਾ। ਦੂਰੋਂ ਵੀ ਆਏ ਆ, ਰਾਤੀ ਦੁਪਹਿਰੇ ਰਸ਼ ਇੰਨਾ ਸੀਗਾ, ਉਹਨਾਂ ਦੀ ਇਨਕੇਸ ਵਾਰੀ ਨਹੀਂ ਆ ਸਕੀ, ਜਦੋਂ ਵਾਰੀ ਆਈ ਵਰਾਇਟੀ ਹੈ ਨਹੀਂ ਸੀ, ਵਰਾਇਟੀ ਵੀ ਖਾਲੀ ਹੋ ਚੁੱਕੀ ਸੀ। ਮੈਂ ਤਾਂ ਹਰੇਕ ਨੂੰ ਕਹਿੰਦਾ ਜਿੰਨੀ ਜੇ ਤੁਸੀਂ ਜ਼ਿਆਦਾ ਵਰਾਇਟੀ ਲੈਣੀ ਆ, ਵਿਆਹ ਸ਼ਾਦੀ ਸ਼ੋਪਿੰਗ ਕਰਨੀ ਆ, ਅਤੇ ਮੋਰਨਿੰਗ ਆ ਕੇ ਹੀ ਕਰੋ 5 ਵਜੇ ਮੇਰੀ ਦੁਕਾਨ 'ਤੇ,
ਭਾਜੀ ਫਗਵਾੜੇ ਦੇ ਵਿੱਚ ਇੱਕ ਬ੍ਰਾਂਡ ਬਣ ਗਿਆ ਆਸ਼ੂ ਦੇਤੀ ਜਦੋਂ ਹਨਾ ਮੈਂ ਅਕਸਰ ਸੁਣਦਾ ਹੁੰਦਾ ਜਦੋਂ ਰਿਸ਼ਤੇਦਾਰੀਆਂ ਦੀ ਗੱਲ ਹੁੰਦੀ ਆ ਜਦੋਂ ਯਾਰਾਂ ਦੋਸਤਾਂ ਦੀ ਗੱਲ ਹੁੰਦੀ ਆ ਕੈਨੇਡਾ ਅਮਰੀਕਾ ਇੰਗਲੈਂਡ ਇੰਡੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਗੱਲ ਹੁੰਦੀ ਆ ਤੇ ਇੱਧਰੋਂ ਗੱਲ ਹੁੰਦੀ ਆ ਅਸੀਂ ਫਗਵਾੜੇ ਤੋਂ ਆਏ ਹਾਂ ਉਹ ਕਹਿੰਦੇ ਆਸ਼ੂ ਦੀ ਹੱਟੀ ਤੇ ਕਿੱਦਾਂ ਫੀਲ ਕਰਦੇ ਹੋ ਤੇ ਜਦੋਂ ਇੰਨੀ ਦੂਰੋਂ ਕਸਟਮਰ ਤੁਹਾਡੇ ਤੇ ਵਿਸ਼ਵਾਸ ਕਰਕੇ ਆਉਂਦਾ ਉਹਨਾਂ ਦੀ ਆਸਾਂ ਦੇ ਖਰੇ ਉਤਰਦੇ ਆ ਮੈਂ ਉਹੀ ਕਹਿੰਦਾ ਹੁਣ ਜੇ ਗਾਹ ਨੂੰ ਮੈਂ 5 ਵਜੇ ਦਾ ਟਾਈਮ ਦਿੱਤਾ ਹੁਣ ਮੈਂ ਗਾਹ ਨੂੰ ਗਾਹ ਸਰਦੀਆਂ ਆ ਗਈਆਂ 5:30 ਦਾ ਟਾਈਮ ਦੇਣਾ ਅੱਧਾ ਘੰਟਾ ਥੋੜ੍ਹਾ ਉਹ ਮੈਂ ਆਪ ਵੀ ਲੇਟ ਆਉਣਾ ਹੁਣ ਜੇ ਮੈਂ 5 ਵਜੇ ਨਹੀਂ ਆਊਂਗਾ ਕਸਟਮਰ ਆ ਕੇ ਮੂਹਰੇ ਖੜਾ ਹੋਊਗਾ ਉਹ ਫਿਰ ਨਾਰਾਜ਼ ਹੋ ਜਾਂਦਾ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਆ ਕੇ ਦੁਕਾਨਦਾਰੀ ਸੈੱਟ ਕਰ ਲੈਣੀ ਮਾਲ ਲਾਉਣਾ ਰੇਟ ਲੱਗੇ ਹੋਣੇ ਆ ਫਿਰ ਅਗਲੇ ਨੂੰ ਆਏ ਤੰਗੀ ਨਾ ਹੋਵੇ ਜਿਹੜਾ ਸਭ ਤੋਂ ਪਹਿਲਾਂ ਕਸਟਮਰ ਆਉਂਦਾ ਵਰਾਇਟੀ ਜ਼ਿਆਦਾ ਵਧੀਆ ਮਿਲਦੀ ਆ ਸਾਰਾ ਜਿੱਦਾਂ ਮੰਨ ਲਓ ਨਵਾਂ ਮਾਲ ਆਇਆ ਖੋਲ੍ਹਦੇ ਪਏ ਮੁੰਡੇ ਅਤੇ ਸਾਰਾ ਕੁਛ ਨਵੀਂ ਵਰਾਇਟੀ ਤਾਜ਼ੀ ਵਰਾਇਟੀ ਮਿਲ ਜਾਂਦੀ ਆ ਕੇਵਲੇ ਅਸੀਂ ਕਈ ਕਸਟਮਰ ਨਾਰਾਜ਼ ਵੀ ਆ ਮੇਰੇ ਨਾਲ ਕਿ ਉਹ ਸ਼ਾਮੀ ਆਉਂਦੇ 6-7 ਵਜੇ ਨਾਲ ਉਹਨਾਂ ਨੂੰ ਅਸੀਂ ਅਟੈਂਡ ਨਹੀਂ ਕਰ ਪਾਉਂਦੇ ਉਹਦਾ ਵਜ੍ਹਾ ਇਹ ਹੁੰਦੀ ਆ ਰਾਤ ਨੂੰ ਖਲਾਰਾ ਪਿਆ ਹੁੰਦਾ ਕਿਸੇ ਦੀ ਸਲਵਾਰ ਚੁੰਨੀ ਨਹੀਂ ਲੱਭਦੀ ਉਹ ਸਾਰਾ ਮਾਲ ਪੈਕ ਕਰਨਾ ਤੈਹਾਂ ਲੱਗਣੀਆਂ ਖਾਨੇ ਜਿਹੇ ਮਾਲਾ ਅਤੇ ਰਾਤੀ ਗੱਡੀਆਂ ਆਉਣੀਆਂ ਜੇ ਰਾਤੀ ਗੱਡੀਆਂ ਆ ਗਈਆਂ ਉਹ ਤੋਂ ਬਾਅਦ ਸਵੇਰੇ ਗੱਡੀਆਂ ਵੀ ਆਉਣੀਆਂ ਹੁੰਦੀਆਂ ਅਤੇ ਇਸ ਕਰਕੇ ਗਾਹਕ ਮੇਰੇ ਕੋਲ ਸਵੇਰੇ ਹੀ ਆ ਕੇ ਖੁਸ਼ ਹੋ ਇਹ ਬੜੇ ਹੈਵੀ ਸੂਟ ਭਾਜੀ ਲੱਗ ਰਹੇ ਹੈਗੇ ਆ ਇਹ ਤਾਂ ਜਿਵੇਂ ਅੱਜ ਪਹਿਲਾਂ ਹੀ ਪੀਸ ਖੁੱਲ੍ਹਾ ਹੁੰਦਾ ਪਹਿਲਾਂ ਹੀ ਪੀਸ ਹਲੇ ਨਵੀਂ ਵਰਾਇਟੀ ਆਈ ਆ ਮੈਂ ਲਾਈਵ ਹਲੇ ਹੋ ਰਿਹਾ ਤਾਂ ਅੱਜ ਸੁਣੋ ਖਾ ਜਰਾ ਭਾਈ ਨੂੰ ਲੱਭੜਾ ਮੇਰੇ ਕੋਲ ਇਹ ਪਿਓਰ ਪਿਓਰ ਜਿਹੜਾ ਕਹਿ ਲਓ ਕਿ ਜੈਪੁਰੀ ਸੂਟ ਆ ਹਲੇ ਮਾਰਕੀਟ ਦੇ ਵਿੱਚ ਵੀ ਇਹ ਨਹੀਂ ਆਇਆ ਹੁਣ ਮੇਰੇ ਕੋਲ ਇੱਕ ਵਰਾਇਟੀ ਆ ਰਹੀ ਆ ਆਲ ਓਵਰ 5 ਮੀਟਰ ਸੂਟ ਅਤੇ ਨਾਲ ਲਹਿੰਗਾ ਆਹ ਸੂਟ ਆ ਬ੍ਰੈਂਡ ਜਿਹਨੇ ਕਿਸੇ ਨੇ ਪਾਰਟੀ ਦੇ ਵਿੱਚ ਪਾਉਣਾ ਬ੍ਰੈਂਡਡ ਸੂਟ ਆ ਜੈਪੁਰੀ ਦੇ ਵਿੱਚ ਦੁਪੱਟਾ ਤਾਂ ਇਹਦਾ ਆ ਬਹੁਤ ਹੀ ਪਿਆਰਾ ਸੂਟ ਆ ਜੀ ਮਨ ਸੋਨੂੰ ਇੱਧਰ ਆ ਪ੍ਰਾਈਸ ਕੀ ਇਹਦੀ 8-10 ਹਜ਼ਾਰ ਨਹੀਂ ਨਹੀਂ ਪ੍ਰਾਈਸ 8-10 ਹਜ਼ਾਰ ਰੁਪਇਆ ਨਹੀਂ ਹੈਗੀ ਸਿਰਫ 4500 ਰੁਪਇਆ ਉਹ ਮੈਂ ਗਰੰਟੀ ਦਿੰਦਾ ਪੂਰਾ ਹੈਂਡ ਵਰਕ ਚਮ ਚਮ ਕਰਦਾ ਜਿਹੜਾ ਸੂਟ ਸਾਡੀ ਦੁਕਾਨ ਦੀ ਚਮ ਚਮ ਵਾਲੀ ਸਪੈਸ਼ਲ ਆਈਟਮ ਆ ਚਮ ਚਮ ਕਰਦੇ ਸੂਟ ਆ ਬ੍ਰੈਂਡਡ ਇਹ ਚ ਰੰਗ ਲਾ ਆਹ ਦੁਪੱਟਾ ਆ ਪੂਰਾ ਹੈਵੀ ਇਹ ਸਿਰਫ ਮਿਲ ਜਾਣਾ ਤੁਹਾਨੂੰ ਸਿਰਫ 4500 ਰੁਪਏ ਦਾ ਬਈ ਆਹ ਵੀ ਆਪਾਂ ਰੈੱਡ ਦੇਖ ਲਈਏ ਕਿਉਂਕਿ ਕਰਵਾ ਚੌਥ ਦਾ ਵੀ ਹੁਣ ਕਰਵਾ ਚੌਥ ਵੀ ਆ ਵਿਆਹ ਸ਼ਾਦੀਆਂ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਆ ਇਹ ਵੈਡਿੰਗ ਸੂਟ ਆਏ ਹੋਏ ਆ ਸਾਰੇ ਇਹ ਸਾਰੇ ਤੁਹਾਨੂੰ ਵੈਡਿੰਗ ਸੂਟ ਮਿਲਨੇ ਆ ਚਮ ਚਮ ਕਰਦੇ ਇਹ ਸਾਰੇ ਭਾਈ NRI ਸਟਾਈਲ ਹੈਗੇ ਆ ਰਾਇਲ ਜਿੱਦਾਂ ਰਾਇਲ ਲੁੱਕ ਦਿਖਾਉਣ ਦੇ ਬਿਲਕੁਲ ਜੀ ਬਿਲਕੁਲ ਹੁਣ ਵਿਆਹ ਸ਼ਾਦੀਆਂ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਸਾਨੂੰ ਬਾਹਰੋਂ ਵੀ ਫੋਨ ਆਉਂਦੇ ਆ ਬਾਹਰਲੇ ਆਰਡਰ ਵੀ ਬੁੱਕ ਹੁੰਦੇ ਆ ਹੁਣ ਇੱਕ ਆਹ ਨਵੀਂ ਆਈਟਮ ਆਈਆਂ ਲਹਿੰਗਿਆਂ ਦੇ ਨਾਲ ਅਤੇ ਪਹਿਲਾਂ ਸੂਟ ਦਾ ਆਹ ਤਾਂ ਹੈਗਾ 5 ਮੀਟਰ ਆਲ ਓਵਰ ਸੂਟ ਇਹਦਾ ਬੰਨਾ ਹੀ ਬੰਨਾ ਵਾ ਸਲਵਾਰ ਸੂਟ ਤਾਂ ਇਹਦੀ ਹੈਗੀ ਆ ਚਾਹੇ ਤੁਸੀਂ ਪਲਾਜੋ ਜੋ ਮਰਜ਼ੀ ਬਣਾ ਲਓ ਆਲ ਓਵਰ 5 ਮੀਟਰ ਸੂਟ ਆ ਬਾਜੂ ਵੀ ਹੈਵੀ ਆ ਦੁਪੱਟਾ ਦਿਖਾ ਅਤੇ ਕੰਟਰਾਸਟ ਦੁਪੱਟਾ ਨਾਲ ਇਹ ਸਲਵਾਰ ਸੂਟ ਹੋ ਗਿਆ ਹੁਣ ਗਾਹ ਕਹਿੰਦਾ ਇੱਕ ਵੱਖਰੀ ਚੀਜ਼ ਦਿਓ ਅਸੀਂ ਨਾਲ ਲਹਿੰਗਾ ਵੀ ਤਿਆਰ ਕਰਾ ਲਿਆ ਸਲਵਾਰ ਸੂਟ ਤਾਂ ਬੰਨੇ ਬੰਨਾ ਨਹੀਂ ਨਹੀਂ ਸਲਵਾਰ ਸੂਟ ਤਾਂ ਹੈਗਾ ਹੀ ਆ ਇਹ 5 ਮੀਟਰ ਆਲ ਓਵਰ ਸੂਟ ਆ ਸਲਵਾਰ ਸੂਟ ਜਿਹੜਾ ਕਹਿ ਲਓ ਉਸ ਤੋਂ ਬਾਅਦ ਕਦੀ ਸਲਵਾਰ ਦੇ ਨਾਲ ਪਾ ਲਿਆ ਕਦੀ ਇਹਨੂੰ ਅਸੀਂ ਲਹਿੰਗੇ ਦੇ ਨਾਲ ਪਾ ਲਿਆ 2-in-1 ਕਦੀ ਉਸ ਤਰ੍ਹਾਂ ਪਾ ਲਿਆ ਕਿ ਸਲਵਾਰ ਸੂਟ ਦੇ ਨਾਲ ਕਦੀ ਲਹਿੰਗੇ ਦੇ ਨਾਲ ਪਾ ਲਿਆ ਸੂਟ 2 ਬਣ ਗਏ ਅਗਲੇ ਦੇ ਇਸ ਟਾਈਮ ਨਵਾਂ ਟ੍ਰੈਂਡ ਆ ਪਿਓਰ ਕਰੀਬ ਦੇ ਉੱਪਰ ਆਏ ਹੋਏ ਆ ਇਹ ਚੁੰਨੀ ਵੀ ਪੂਰੀ ਹੈਵੀ ਆ ਪੂਰੀ ਹਲਕੋ ਚਮ ਚਮ ਕਰਦੇ ਦੁਪੱਟੇ ਆ ਭਾਈ ਸਾਨੂੰ ਹਨਾ ਲੋਕਾਂ ਦੇ ਮੈਸੇਜ ਆ ਰਹੇ ਸੀ ਉਹ ਕਹਿੰਦੇ ਵੀ ਇਹ ਝੂਠ ਬੋਲਦੇ ਲੱਗਦੇ ਆਸ਼ੂ ਦੀ ਹੱਟੀ ਵਾਲੇ ਕਹਿੰਦੇ 5 ਵਜੇ ਆਉਣਾ ਫਿਰ ਕਹਿੰਦੇ ਲਾਈਵ ਹੀ ਕਹਿੰਦੇ ਆ ਵੀ ਅਸੀਂ ਰਾਤ ਨੂੰ 12 ਵਜੇ ਜਾਂਦੇ ਹਾਂ ਸਵੇਰੇ 5 ਵਜੇ ਆਉਂਦੇ ਹਾਂ ਵੀ ਦੁਨੀਆਂ ਦੇ ਵਿੱਚ ਕਿਹੜਾ ਇਦਾਂ ਦਾ ਬੰਦਾ ਆ ਜਿਹੜਾ 2-3 ਘੰਟੇ ਨੀਂਦ ਆਪਣੀ ਪੂਰੀ ਕਰਕੇ ਦੁਕਾਨ ਤੇ ਆਉਂਦਾ ਅੱਜ ਦੇਖ ਹੀ ਲਿਆ ਲਾਈਵ ਹੀ ਦੇਖ ਲਿਆ ਵਾ ਮੈਂ ਕਈ ਵੇਲੇ ਲਾਈਵ ਲੇਟ ਹੋਏ ਨਾ ਉਹ ਰਾਤ ਨੂੰ ਮਾਲ ਬਹੁਤ ਜ਼ਿਆਦਾ ਆਉਂਦਾ ਮਾਲ ਦੇ ਰੇਟ ਵੀ ਲਾਉਣਾ ਮਾਲ ਘੱਟ ਆ ਗਿਆ ਉਹ 'ਚ ਨੁਕਸਾਨ ਹੋ ਜੂਗਾ ਆਪਣਾ ਸਭ ਤੋਂ ਪਹਿਲਾਂ ਜਦੋਂ ਮਾਲ ਆਉਂਦਾ ਮਿਲਣਾ 'ਚ ਉਹ ਮਿਲਾਉਣਾ ਪੈਂਦਾ 20 ਮੀਟਰ ਥਾਣਾ 20 ਮੀਟਰ ਬਿੱਲ 'ਚ ਲੱਗਾ ਮੈਨੂੰ ਆਇਆ ਹੋਵੇ 20 ਮੀਟਰ ਅਤੇ ਬਿੱਲ 'ਚ ਲੱਗ ਜਾਵੇ 25 ਮੀਟਰ ਉਹ ਨੁਕਸਾਨ ਉਹਦੇ ਭਾਈ ਉਹਦਾ ਜਿਵੇਂ ਆ ਠੀਕ ਆ ਗੱਲ ਵੀ ਜਿਹੜੇ ਬਾਹਰ 10,000-12,000 ਦੇ ਵਿੱਚ ਵੇਚਦੇ ਆ ਤੁਸੀਂ 4500 ਦੇ ਵਿੱਚ ਦੇ ਰਹੇ ਹੋ ਇਹਦੇ ਵਿੱਚ ਵੀ ਬਹੁਤ ਵੱਡਾ ਗਾਹਕ ਦਾ ਫਾਇਦਾ ਹੈਗਾ ਆਪਾਂ ਸਟਾਰਟਿੰਗ ਰੇਂਜ ਕਿੰਨੇ ਕੁ ਹੋ ਜਾਂਦੀ ਜਿਵੇਂ ਹੁਣ ਵੈਡਿੰਗ ਸੀਜ਼ਨ ਆ ਜਾਂ ਇੱਕ ਆ ਲਓ ਜੀ ਕਸਟਮਰ ਖੁਦ ਪਾ ਕੇ ਦੁਕਾਨ ਤੇ ਆਉਂਦਾ ਸਿਰਫ 400 ਰੁਪਏ ਸੂਟ ਔਰ 4 ਮੀਟਰ ਦੀ ਸਲਵਾਰ ਵੀ ਨਾਲ ਆ ਇਹ ਵੀ ਨਵੇਂ ਆਇਆ ਜੀ ਮੈਂ ਇਹ ਤਾਂ ਮੇਰੇ ਕੋਲ ਇੰਨਾ ਕੁ ਵਿਕਦਾ ਬਹੁਤ ਜ਼ਿਆਦਾ 1000 ਪੀਸ ਕਹੋਗੇ 1000 ਪੀਸ ਅੰਦਰ 1000 ਰੁਪਇਆ ਮੇਰੇ ਕੋਲ ਸਿਰਫ 400 ਦੇ ਵਿੱਚ ਆ ਦਿਖਾ ਰੰਗ ਜੋ ਰੇਟ ਦਾ ਸੂਟ ਆ 400 ਰੁਪਏ ਦਾ ਚੁੰਨੀ ਵੀ ਨਾਲ ਆ ਆਲੂ ਰੰਗ ਜਿੰਨੇ ਮਰਜ਼ੀ ਬੰਡਲਾਂ ਦੇ ਬੰਡਲ ਬੰਦੇ ਪਏ ਆ ਯਾਨੀ ਕਿ ਹਰ ਤਰ੍ਹਾਂ ਦਾ ਕਸਟਮਰ ਆ ਸਕਦਾ ਮੇਰੇ ਕੋਲ ਕੱਟਣ ਵਾਲਾ ਵੀ ਵੱਧ ਪੈਸੇ ਕੱਟਣ ਵਾਲਾ ਵੀ ਇਹ ਵੀ ਨਹੀਂ ਕਹਿ ਸਕਦੇ ਵੀ ਸਾਰਾ 2-4-500 ਵਾਲੇ ਸੂਟਾਂ ਦੇ ਇਹ ਵੀ ਨਹੀਂ ਕਹਿ ਸਕਦੇ ਵੀ ਬਹੁਤ ਮਹਿੰਗੇ ਆ ਹਰ ਤਰ੍ਹਾਂ ਦੀ ਇੱਕੋ ਛੱਤ ਥੱਲੇ ਸਾਰੀ ਵਰਾਇਟੀ ਪ੍ਰੋਪਰ ਤਿਆਰ ਹੋਣੀ ਆ 200-250 ਤੋਂ ਸ਼ੂਟ ਸ਼ੁਰੂ ਹੋ ਜਾਂਦਾ ਮੇਰਾ 250 ਰੁਪਏ ਦਾ ਸੂਟ ਵੀ ਆ ਉਹ ਵੀ ਸਮਾ ਕੇ ਪਾਉਣ ਵਾਲਾ ਉਹ ਪੇਟੀਆਂ ਸ਼ਿੰਗਾਰਨੀ 250 ਸੂਟ ਲਉਂਗੇ ਤੁਸੀਂ ਕਿਸੇ ਨੂੰ ਵੀ ਦੇ ਦਿਓ ਕੋਟਨ ਦੇ ਵਿੱਚ ਸੂਟ ਆ ਪ੍ਰਿੰਟ ਚੁੰਨੀਆਂ ਨਾਲ ਆ ਅਗਲਾ ਸਮਾ ਕੇ ਪਾਊਗਾ
कॉटन का सूट 250 रुपये वाला, उस तो बाद 500-600 आधा लोगों ने इन्ना समा समा पाया, कल भी 3-4 गाहकों ने यही पाया हुआ। एक कस्टमर मेरे को जलंधरों आया, वो दीदी ने भी यही पाया सी। मैं कस्टमर आए मेरा वेटिंग वो गाहकों की खत्म हो चुकी है, जगह प्रोपर बहुत ज़्यादा वीड्डी बन चुकी है, और हफ्ते 10 दिन का काम आ जोड़ा वेटिंग वाला काम से वो खत्म हो चुका। तो भाई कई बार लोग ये भी कहें भी असं आशू की हट्टी से जाने, असी तो बाहर खाना पै जाता सूँ, उत्ते बी कह देंगे भी तुम वेट करो अजे गेट, वो जगह की प्रॉब्लम सी, वो जगह करके प्रॉब्लम आती थी, मगर वो तंगी पूरी हो चुकी है। तुम वेख सकते हो कि सवेर के 5 बजे आ, इधर भी कहाँ के कैमरामैन आंटी हुण भी आ गए, वाकई सवेरे 5:15 का टाइम हैगा, तो इतने जेडे कि ग्राहकों के आन की शुरुआत हो चुकी हैगी। इस तरह जी के इस भाई सवेरे 5:15-5:30 तो गाहक शुरू भाजी, कई बेले कस्टमर 4:30 ही आके खड़ा होंगे। आंटी जी सत श्री अकाल, कितों आए तुम? असं हराज पिंड दूरों आए हो भी पांच तुसी देख रहे हैं भी लाइव हैगा, सवेरे हजे 5:45 दुकान खोलती हैगी आशू की हट्टी, तो 5:15-5:30 जोड़े कि इतने गाहक आने शुरू हो जाते हैं। भाजी ये वाकई कमाल दी गल्लां आ, तुसीं जो कहिंदे आ वह सच हैगा आ, सवेरे सवेरे गाहक आना शुरू हो गया। कई वेले कस्टमर दुकान खोलन तो पहला ही बाहर खड़ा हुंदा, जिहड़ा कस्टमर आ वह भगवान आ, भगवान का रूप आ, आपां नूं नाराज नहीं कर सकते। हुण गाहक आ के बैठ पए 5 बजे, मैं आवां 8 बजे ना जा 9 बजे, वह गल नहीं बनती। कस्टमर आने तो पहले मैं आके थोड़ा बहुत सवारना भी पैंता। मैं पहला तुम भी दस्या, गौरव भाई भी दसते थे भी एक दिन पहला इतने आते हैं, आंटी हुणी भी हुणे कह गए भी तलवंडी साहब तो आए हैं भी इतने आके रात रहे असी, तो 5:45 देखो कि चार्ज तो होंगे ना भी कि बहुत दूर जाना आप सवेर तो पैकिंग शुरू होना। ब्रांड बना ली मेहनत भी करनी पैंती है, हले भी अखा च पूरी नींद आ, मैं कहूँगा हूँ सोया मैं हूँ सोचना, मगर कुछ जो ब्रांड बनाना ना बनाना मेहनत भी करनी पैंती है। 10 to 11 तो पहले अभी कहीं कभी जाइना नहीं दुकान तो, 5 बजे तो मैं कभी लेट होया ही नहीं, 5 बज जाएंगे भाजी। घर परिवार रिश्तेदारियाँ ब्याह फंक्शन एक किदा फिर सारा चलता, मैं लगता नहीं रिश्तेदारियाँ भी जाने जा, हूँ औखा होया बहुत ज़्यादा, अगे सब कुछ सगा हूँ थोड़ा औखा हो गया। को एक जो कह लो ब्रांड ना बनाना, ना बनाने लिए रात दिन कहें ना एक करनी पैंती है, वो एक की हुई है, शरीर टुटता नहीं, शरीर दुखता नहीं, टुटता टुटता इस कोई शक नहीं टुटता है, मगर की करिए आना भी पैंता मेहनत करनी पैंती। हुण तां ऐतवार नूं भी लोकां दी डिमांड वधी है क्योंकि सरकार ने कहता भी संडे भी बाजार ओपन, संडे ओपन आ, मगर मैं हफ्ते दे एक महीने दे विच एक ऐतवार बंद करना, शरीर नूं रैसट देनी आ, एक जिहड़ा मर्जी ऐतवार यूज कर लवां, चाहे मैं पहला संडे कर लवां जां एंडला कर लवां, दसूंगे तुसीं भी दस के कि अगला आ के खज्जल ना होवे। महीने दे विच एक ऐतवार मेरी दुकान बंद होगी, उह शरीर लई रैसट जिहड़ी गल, हुण मैं 11 बजे गया 4:30-4:30 आ गया औखा। कपड़े पूरी तक पाई, सारी दुनिया, सारी दुनिया हिल गई आ, ये वाकई ये सच आ, जिहड़े सानू देख रहे उन्होंने भी पता आ, जो कपड़े की गल आउंदी आ, पंजाब की गल आउंदी, फवाड़े की गल आउंदी, आशू दी हट्टी तां जुड़दा ही जुड़दा, आशू हट्टी ना आना ही आ, कोई रात देर मेहनत भी कीती होई आ। इत्थे ना पुलिस मुलाजम भी आए हुए थे जो धरनिया धुरनिया दे विच, उन्होंने भी अमृतसर तो आए थे, वो स्क्रीनशॉट दिखा रहे थे, कहिंदे आशू दी हट्टी कित्थे आ, कस्टमर आ रहे अमृतसर तो, तरनतारन साहिब तो, मोगा, हरियाणा, यूपी तो भी कस्टमर आ रहा, एक कस्टमर था मेरे को स्पैशल दिल्ली तो बॉम्बे तो शॉपिंग भी करना आया, और मैं उन्होंने पूछा मैं अपने रिश्तेदार आया, कहते नहीं एक आशू जट्टी का ना आया, चा भी आ कि आशू जट्टी से अं आना तुम वेख सकते हो। होर भी आंटी होनी जे होर भी गाहक इतने आ रहे हैं, सो 2-3 मिनट पहला भी थोड़ा दिखाया कि हूँ भी इतने जेडे कि कस्टमर आने शुरू हो गए, यह तो हैरानी है जेकर भाजी हूँ 5 बजे आते हैं तो कस्टमर भी पहला वेटिंग बाहर गड्डिया के खोल के बैठे हुए आ, तो वेट कर रहे 5:15 तो बाद जी इतने एंट्री हो रही हैगी भाजी। होर जी अज की आप धक् पानी हैगी जेंट्स के, मैं स्पैशल जो कह लो कि कोट पेंट, कोट पेंट वास्ते लाइव होना सगा, कुदरती हूँ तकड़ तो भी आ गए, दोनों काम चल रहे हैं, मेरा लाइव भी चल रहा वा तो भी गलबात हो रही है, तो अब मैं कोट पेंट दिन प्रोपर वरायटी और रेट वो दसना है कोट पेंट का ब्रांड। आज जी आंटी जी कितों आए हो तुम? यूपी तो, यूपी तो आए हो, ਇੱਥੇ ਪਹਿਲਾਂ ਕੱਲ ਦੇ ਆਏ ਹੋ ਜਾਂ ਕਿੰਨੇ? ਹਾਂ ਕੱਲ ਦੇ ਆਏ। ਤੁਹਾਨੂੰ ਪਤਾ ਸੀ 5 ਵਜੇ ਸਵੇਰੇ ਤੁਸੀਂ ਆ ਗਏ ਹੋ? ਹਾਂਜੀ ਕਹਿ ਕੇ ਗਏ ਸੀ। ਤੁਸੀਂ ਵੀ ਯੂਪੀ ਤੋਂ ਆਏ ਹੋ?
ਭਾਜੀ ਤੁਸੀਂ ਯੂਪੀ ਤੋਂ ਕਿ ਤੁਸੀਂ ਤੋਂ ਕੱਟੇ ਹੀ ਸਾਰੇ ਮੇਰਠ ਤੋਂ ਨਹੀਂ ਇੱਕ ਭਾਜੀ ਯੂਪੀ ਬਹੁਤ ਦੂਰ ਆ ਤੇ ਫਗਵਾੜਾ ਕਾਫੀ ਇੰਨੀ ਦੂਰ ਹੋ ਉਹ ਵੀ ਸਵੇਰੇ ਤੁਸੀਂ 5:30 ਆ ਕੇ ਇੱਥੇ ਹਾਂ ਭਾਜੀ ਨੂੰ ਮਿਲਣਾ ਹੈ ਸਪੈਸ਼ਲ ਬਸ ਸੁਣਿਆ ਸੀ ਇਹਨਾਂ ਬਾਰੇ ਬਹੁਤ ਯੂਪੀ ਤੋਂ ਕਦੋਂ ਆਏ ਸੀ ਪੰਜਾਬ 'ਚ ਭਾਜੀ 2-3 ਦਿਨ ਹੋ ਗਏ ਤੇ ਤੁਹਾਨੂੰ ਪਤਾ ਆ ਵੀ 10 ਵਜੇ ਬਾਜ਼ਾਰ ਖੋਲਦਾ ਪਰ ਤੁਸੀਂ 5:30 ਆ ਗਏ ਭਾਈ ਸ਼ਾਮੀ ਆਏ ਸੀ ਅਸੀਂ ਲੇਟ ਹੋ ਗਏ ਥੋੜ੍ਹੇ ਭਾਜੀ ਕਹਿੰਦੇ ਸਵੇਰੇ ਆਇਓ ਵਧੀਆ ਤੇ ਸੱਦੀ ਨਾ ਫਿਰ ਬੈਠ ਕੇ ਕੰਮ ਜਦੋਂ ਕੋਈ ਵੀ ਕਸਟਮਰ ਦੂਰੋਂ ਦੂਰੋਂ ਆਉਂਦਾ ਤੇ ਉਹਦੇ ਲਈ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਆ ਜੇਕਰ ਲੇਡੀਜ਼ ਸੂਟਾਂ ਦੇ ਵਿੱਚ ਇਹਨਾਂ ਨੇ ਧਮਾਲ ਪਾਈ ਆ ਸਸਤੇ ਬ੍ਰਾਂਡ ਦੇ ਕੱਪੜੇ ਦਿੱਤੇ ਆ ਪੂਰੀ ਦੁਨੀਆ ਹਿਲਾਈ ਆ ਤੇ ਦੱਸਿਆ ਵੀ ਕੰਮ ਕਿਸ ਤਰ੍ਹਾਂ ਹੁੰਦਾ ਹੁਣ ਜੈਂਟਸ ਦੇ ਵਿੱਚ ਵੀ ਜਿਹੜਾ ਕਿ ਕਹਿੰਦੇ ਆ ਵੀ ਵੱਡੀ ਵਰਾਇਟੀ ਆਈ ਆ ਅਜੇ ਸਾਨੂੰ ਨਹੀਂ ਪਤਾ ਇਹਨਾਂ ਦੇ ਕੀ ਪ੍ਰਾਈਜ਼ ਹੋਣੇ ਆ ਕਿਹੜੀ ਜਿਹੜੀ ਵਰਾਇਟੀ ਕੱਪੜੇ ਦੀ ਹੈਗੀ ਆਪਾਂ ਦੇਖਦੇ ਆ ਭਾਜੀ ਕੀ ਜਿਹੜੀ ਲੈ ਕੇ ਆਏ ਹੈਗੇ ਆ ਵਰਾਇਟੀ ਕੋਟ ਪੈਂਟ ਹੈਗੀ ਸ਼ਰਟ ਹੈਗੀ ਕੁੜਤੇ ਪਜਾਮੇ ਇਸ ਤੋਂ ਬਿਨਾਂ ਵੀ ਹੈ ਕੋਈ ਨਹੀਂ ਇੱਕ ਕੋਟ ਪੈਂਟ ਕੁੜਤਾ ਪਜਾਮਾ ਤੇ ਪੈਂਟਾਂ ਸ਼ਰਟਾਂ ਪੈਕਿੰਗ ਵਾਲੀਆਂ ਤੇ ਲੂਜ਼ ਪੈਂਟਾਂ ਸ਼ਰਟਾਂ ਜਿਹੜਾ ਹੁਣ ਕੋਟ ਪੈਂਟ ਆਇਆ ਮੇਰੇ ਕੋਲ ਬ੍ਰਾਂਡਡ ਬ੍ਰਾਂਡਡ ਕੋਟ ਪੈਂਟ ਆ ਤੁਹਾਡਾ ਕੋਈ ਪ੍ਰੋਬਲਮ ਪੈ ਪਏ ਕੋਟ ਪੈਂਟ ਸੀਤ ਸਮਾਜ ਦੇ ਵਿੱਚ ਬਹੁਤ ਕੋਈ ਪ੍ਰੋਬਲਮ ਇੰਪੋਰਟਡ ਸਟਾਫ ਆ ਸਾਰਾ ਮੇਲ ਮੇਡ ਕੱਪੜਾ ਆ ਤੁਸੀਂ ਕੋਟ ਪੈਂਟ ਆਪਣਾ ਖੁਦ ਦਾ ਸਮਾਲੋ ਤੁਸੀਂ ਵੀ ਕੋਟ ਪੈਂਟ ਪਾਉਣੀ ਆ ਕੋਟ ਪੈਂਟ ਸਮਾਲੋ ਤੁਹਾਡਾ 2 ਸਾਲ ਬਾਅਦ ਵੀ ਕੋਟ ਪਹਿਲਾਂ ਪ੍ਰਾਈਜ਼ ਵੀ ਦੇਖਾਂਗੇ ਕਿਤੇ ਮਹਿੰਗੇ ਤੇ ਨਹੀਂ ਹੈਗੇ ਨਹੀਂ ਤਾਂ ਸ਼ਾਇਦ ਬਾਹਰੋਂ ਸਸਤੇ ਸਾਨੂੰ ਮਿਲ ਜਾਣ ਤੁਹਾਡੇ ਤੋਂ ਮੈਂ ਚੈਲੰਜ ਕਰਦਾ ਚੈਲੰਜ ਇਹ ਓਪਨ ਚੈਲੰਜ ਆ ਛੁੱਟੀ ਵਾਲਾ ਸ਼ੁਰੂ ਤੋਂ ਪਰ ਜਿੰਨੇ ਚੈਲੰਜ ਕੀਤੇ ਆ ਫਿੱਕਾ ਨਹੀਂ ਪਿਆ ਅੱਜ ਤੱਕ ਨਾ ਫਿੱਕਾ ਪੈਣਾ ਤੇ ਨਾ ਫਿੱਕਾ ਪੈਣ ਦਿੰਦੇ ਹਾਂ ਉਹ ਕਸਟਮਰ ਦੇ ਤੁਹਾਡੇ ਨਾਲ ਯੂਪੀ ਤੋਂ ਆਇਆ ਉਹ ਕਿਸੇ ਗੱਲ ਨੂੰ ਆਇਆ ਇਹ ਕੱਲ੍ਹ ਵੀ ਆਇਆ ਸੀ ਇਹਨਾਂ ਦੀ ਵਾਰੀ ਨਹੀਂ ਆਈ ਕਲਰ ਵੀ ਬਹੁਤ ਹੈਗੇ ਇਹਦੇ ਵਿੱਚ ਬਹੁਤ ਜ਼ਿਆਦਾ ਕਲਰ ਮੈਂ ਤੁਹਾਨੂੰ ਸਾਰੇ ਕਲਰ ਦਿਖਾਣਾ ਕੋਟ ਪੈਂਟ ਥੱਲੀ ਆ ਇੰਪੋਰਟਡ ਸਟਾਫ ਆ ਕੋਟ ਪੈਂਟ ਦਾ ਜਿਹੜਾ ਕਹਿੰਦਾ ਬ੍ਰਾਂਡਡ ਮਲਾਈ ਵਰਗਾ ਕੋਟ ਪੈਂਟ ਪੂਰੀ ਫੁੱਲ ਗਰੰਟੀ ਆ ਰੰਗ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਰੰਗ ਆ ਇਹ ਤੁਹਾਨੂੰ ਕੋਟ ਪੈਂਟ ਜਿਹੜਾ ਬਾਜ਼ਾਰ ਦੇ ਵਿੱਚ 4,000-4,500 10-10,000 'ਚ ਵੀ ਮਿਲਦਾ ਪਿਆ ਅਸੀਂ ਦੇਣਾ ਤੁਹਾਨੂੰ 572 ਰੁਪਏ ਦਾ 2 ਸਾਲ ਦੀ ਨਾਲ ਮੈਂ ਗਰੰਟੀ ਵੀ ਦਊਂਗਾ ਇੱਕ ਮਿੰਟ ਕਰਿਓ ਜੀ ਕੈਮਰਾ ਦੁਬਾਰੀ ਬੋਲਿਓ ਭਾਜੀ 572 ਰੁਪਏ ਦਾ 600 ਰੁਪਏ ਦਾ ਵੀ ਨਹੀਂ 572 ਰੁਪਏ ਦਾ ਮੀਟਰ ਨਹੀਂ ਪੂਰਾ ਕੋਟ ਪੈਂਟ ਭਾਜੀ 572 ਦਾ ਕੀ ਮਤਲਬ 580 ਕਿਉਂ ਨਹੀਂ ਕਹਿੰਦਾ 595 ਕਿਉਂ ਨਹੀਂ ਕਹਿੰਦਾ ਜਾਂ 550 ਕਿਉਂ ਨਹੀਂ ਕਹਿੰਦਾ ਨਹੀਂ ਜੋ ਰੇਟ ਹੈਗਾ ਮੈਂ ਵੀ ਆਪਣੇ 10-15 ਰੁਪਏ ਲੈਣੇ ਆ ਜੋ ਜਾਇਜ਼ ਬਣਦਾ ਭਾਜੀ ਤੁਸੀਂ ਕੋਟ ਪੈਂਟ ਦੀ ਗੱਲ ਕਰ ਰਹੇ ਆ ਮੈਂ ਕੋਟ ਪੈਂਟ ਪੂਰਾ ਕਹਿੰਦਾ ਮੈਂ ਕੋਟ ਪੈਂਟ 3 ਮੀਟਰ ਪੂਰਾ 572 ਰੁਪਏ ਦਾ ਉਹ ਰੰਗ ਦਿਖਾਵਾਂ ਮੂੰਹੋਂ ਬੋਲਦੇ ਰੰਗ ਕੱਢ ਮੰਦੀ ਵੀਰਾ ਇੱਕ ਕਲਰ ਆਲੋ ਮਹਿਰੂਨ ਕਲਰ ਚੈਰੀ ਕਲਰ ਜਿਹੜਾ ਮੁੰਡੇ ਦਾ ਫੇਵਰੇਟ ਮੈਨੂੰ ਲੱਗਦਾ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਕੋਟ ਪੈਂਟ 572 ਰੁਪਏ ਦਾ ਨਹੀਂ ਮਿਲਦਾ ਹੋਊਗਾ ਵੱਡੀ ਗੱਲ ਇਹ ਬ੍ਰਾਂਡ ਆ ਬ੍ਰਾਂਡ ਇਹ ਨਹੀਂ ਹੈਗਾ ਵੀ ਕੋਈ ਹਲਕਾ ਕੱਪੜਾ ਜਾਂ ਚਾਲੂ ਮਾਲ ਆ ਤੁਸੀਂ ਆ ਕੇ ਦੇਖੋਗੇ ਤੁਸੀਂ ਕਹਿਣਾ ਵੀ 10 ਕੋਟ ਪੈਂਟ ਦੇ ਦਿਓ ਇੱਕ ਕੋਟ ਪੈਂਟ ਜਿਹੜਾ ਆ ਇਸ ਕੁਆਲਿਟੀ ਦੇ ਵਿੱਚ ਵਾਕਈ 8-10 ਹਜ਼ਾਰ ਤੋਂ ਘੱਟ ਨਹੀਂ ਬਣੇਗਾ ਜਿੰਨੇ NRI ਦੇਖਦੇ ਆ ਉਹਨਾਂ ਨੂੰ ਪਤਾ ਇਸ ਦਾ ਕੀ ਇਹਦਾ ਹੈਗਾ ਕੁਆਲਿਟੀ ਹੈਗੀ ਆ ਕੀ ਇਸ ਜਿਹੜਾ ਕਲਰ ਹੈਗੇ ਆ ਤੇ ਭਾਜੀ ਬਾਹਰ ਵੀ ਜੇਕਰ ਹੈ ਨਾ ਆਪਾਂ ਗੱਲ ਕਰੀਏ 500-700 ਪਾਉਂਡ 400 ਪਾਉਂਡ ਦਾ ਵਧੀਆ ਕੱਪੜਾ ਆਉਂਦਾ ਤੁਸੀਂ 572 ਮਤਲਬ 7 ਪਾਉਂਡ ਦੇ ਵਿੱਚ ਦੇ ਰਹੇ ਹੋ 6 ਪਾਉਂਡ ਓਲਾ ਹੀ ਬਹੁਤ ਆ ਮਗਰ ਉਹ ਅਸੀਂ ਖਤਮ ਕਰ ਚੁੱਕੇ ਹਾਂ ਸਿਰਫ 572 ਰੁਪਏ ਤੁਹਾਨੂੰ ਇੱਕ ਮੀਟਰ ਕੱਪੜਾ ਨਹੀਂ ਮਿਲਣਾ ਅਸੀਂ ਤੁਹਾਨੂੰ 572 ਰੁਪਏ ਦਾ 572 ਰੁਪਏ ਦਾ ਭਾਜੀ ਕੁੜਤੇ ਪਜਾਮੇ ਨਾਲ ਤੁਸੀਂ ਸਸਤਾ ਕੋਟ ਪੈਂਟ ਦੇ ਰਹੇ ਆ ਮੈਂ ਕਿਹਾ ਔਰ ਤੁਸੀਂ ਕੱਪੜਾ ਖੁਦ ਕੋਲ ਬੈਠੇ ਆ ਦੇਖ ਸਕਦੇ ਆ ਤੁਹਾਡਾ ਆਪਣਾ ਦਿਲ ਵੀ ਕਰੇਗਾ ਮੈਂ ਵੀ ਕੋਟ ਪੈਂਟ ਲੈ ਲਵਾਂ ਮੇਰੇ ਕੋਲ ਸਟਾਰਟਿੰਗ ਰੇਂਜ ਆ 572 ਰੁਪਏ ਤੋਂ ਉੱਪਰ ਜਿੰਨੀ ਮਰਜ਼ੀ ਦੇ ਲੈ ਜਾਓ ਹਰ ਤਰ੍ਹਾਂ ਦੀ ਬ੍ਰਾਂਡ ਮੇਰੇ ਕੋਲ ਪਏ ਆ CRM ਵੀ ਪਿਆ ਡੋਨੀਅਰ ਵੀ ਪਿਆ ਸਾਰੇ ਕਲਰ ਕਿੰਨੇ ਭਾਜੀ ਕਲਰ ਇੱਕ ਕਲਰ 2 ਕਲਰ ਖੁਦ ਸਮਾ ਕੇ ਪਾ ਲਿਓ ਹੁਣ ਮੋਰੇ ਦੀਵਾਲੀ ਦਾ ਸੀਜ਼ਨ ਵੀ ਆ ਜਿੱਦਾਂ ਮਰਜ਼ੀ ਕਿਸੇ ਨੂੰ ਦੇਣ ਲੈਣ ਨੂੰ ਆਪਣੇ ਵਰਕਰਾਂ ਨੂੰ ਫੈਕਟਰੀ ਦੇ ਵਿੱਚ ਦੇਣ ਲੈਣ ਕੋਟ ਪੈਂਟ ਜਿਵੇਂ ਫੈਕਟਰੀ ਵਾਲੇ ਆ ਆਪਾਂ ਇੱਕ ਕੋਟ ਪੈਂਟ 572 ਰੁਪਏ ਦਾ ਲੈਨੇ ਕਲੀਅਰ ਕਰ ਲਈਏ ਕੋਈ ਫੈਕਟਰੀ ਵਾਲਾ ਬਾਊ ਆ ਜਾਂਦਾ ਵੀ ਮੈਨੂੰ ਚਾਹੀਦਾ 100 ਮੈਨੂੰ ਚਾਹੀਦਾ 200 ਥੋੜੀ ਬਹੁਤੀ ਰਿਆਇਤ ਕਰ ਦੂੰਗੇ ਨਹੀਂ ਹੁਣੀ 2 ਰੁਪਏ ਵੀ ਨਾਲ ਲੈਣੇ ਆ ਉਹ ਹੱਕ ਬਣਦਾ 517 ਦਾ ਵੀ ਨਹੀਂ ਦੇਣਾ ਨਾ ਜੀ ਨਾ ਨਾ ਕੋਈ ਆਏ ਵੇ ਕੋਈ ਵੀ ਆਏ ਵੇ 572 ਆ ਚਾਹੇ ਕੋਈ ਇੱਕ ਲੈ ਵੇ ਚਾਹੇ ਮੇਰੇ ਕੋਈ ਹੈ ਯਾਰ 572 ਤੋਂ ਹੁਣ ਕੀ ਘਟਾ ਸਕਦੇ ਆ ਮੈਂ ਕਹਾ ਭਾਈ ਤੁਹਾਨੂੰ ਆਪ ਨੂੰ ਪਤਾ ਲੱਗਾ 572 ਰੁਪਏ ਦਾ ਕੋਟ ਪੈਂਟ ਕਦੀ ਸੁਣਿਆ ਨਹੀਂ ਸੁਣਿਆ ਕਦੀ ਸੁਣ ਸਕਦੇ ਆ ਨਹੀਂ ਸੁਣ ਸਕਦੇ ਇਹ ਆਸ਼ੂ ਜੱਟੀ ਵਾਲਿਆਂ ਦਾ ਓਪਨ ਚੈਲੰਜ ਆ ਤੇ ਗਾਰੰਟੀ ਵੀ ਮੈਂ 2 ਸਾਲ ਦੀ 3 ਸਾਲ ਦੀ ਗਾਰੰਟੀ ਵੀ ਨਾਲ ਲਿਖ ਕੇ ਦਊਂਗਾ ਜੇ ਤੁਹਾਡਾ ਕੋਈ ਲਾਂਭਾ ਆਵੇ ਛਿੱਜ ਜਵੇ ਬੋਰ ਆਵੇ ਰੰਗ ਫੇਂਟ ਹੋਵੇ ਫੁੱਲ ਗਾਰੰਟੀ ਆ ਉਹ ਫੇਰ ਇੱਦਾਂ ਹੀ ਆ ਕੇ ਤੁਹਾਨੂੰ ਦੇ ਜਾਣਾ ਲਓ ਜੀ ਆਪਣਾ ਕੋਟ ਪੈਂਟ ਇੱਦਾਂ ਹੀ ਸੀਤਾ ਸਮਾਇਆ ਵਾਪਸ ਆਈ 572 ਰੁਪਏ ਦਾ ਤੁਹਾਨੂੰ ਕੁੜਤਾ ਪਜਾਮਾ ਨਹੀਂ ਮਿਲਣਾ ਕੋਟ ਪੈਂਟ ਉਹ ਕਈਆਂ ਦੇ ਮਨ ਦੇ ਵਿੱਚ ਹੁੰਦਾ ਕਿ ਕੋਟ ਪੈਂਟ ਸਵਾਣਾ ਜਦੋਂ ਅਗਲਾ ਦੁਕਾਨ ਜਾ ਕੇ ਬਜਟ ਦੇਦਾ ਉੱਥੇ ਰਹਿਣ ਦਾ ਫਿਰ ਮਾਈਂਡ ਚੇਂਜ ਹੋ ਜਾਂਦਾ
ਤੇ ਚਲ ਬੋਟੀਨ ਸੂਟ ਲੈ ਲਵਾਂ ਮੇਰਾ ਕੋਟ ਪੈਂਟ ਫੇਰ ਬਣ ਜੂ ਜੀ ਅਸੀਂ ਹਰ ਇੱਕ ਬੰਦੇ ਸੋਚਦੇ ਹਾਂ ਦੱਸੋ ਹੁਣ ਇਹਦੇ ਮੋਰੇ ਕੀ ਅਸੀਂ ਗੱਲ ਕਰੀਏ ਇਹਦੇ ਮੋਰੇ ਕੋਈ ਗੱਲ ਨਹੀਂ ਹੈਗੀ 572 ਰੁਪਏ ਦਾ ਕੋਟ ਪੈਂਟ 572 ਰੁਪਏ ਦਾ ਕੋਟ ਪੈਂਟ ਡੇਢ ਮਹੀਨਾ ਹੋ ਗਿਆ ਮਿਲਣ ਚ ਲੜਦੇ ਨੂੰ ਡੇਢ ਮਹੀਨਾ ਪਹਿਲੇ ਵੀ ਕਿਹਾ ਸੀ ਮੈਂ ਕੋਟ ਪੈਂਟ ਸ਼ੁਰੂ ਕਰਨਾ ਕੋਟ ਪੈਂਟ ਸ਼ੁਰੂ ਕਰਨਾ ਔਰ ਪਰਸੋਂ ਸਾਰਾ ਪ੍ਰੋਸੀਜਰ ਖਤਮ ਹੋ ਗਿਆ ਮਾਲ ਆ ਗਿਆ ਰੇਟ ਪੁੱਗ ਗਿਆ ਫਾਈਨਲ ਹੋ ਚੁੱਕਾ ਆ 572 ਦਾ ਮਤਲਬ 572 ਆ ਇਹ ਅੱਜ ਦਾ ਰੇਟ ਨਹੀਂ 2 ਸਾਲ ਬਾਅਦ ਵੀ ਮੇਰੇ 572 ਰੇਟ ਰਹੂਗਾ ਕੋ ਮਿਲਣ ਵਾਲਿਆਂ ਨਾਲ ਸਭ ਕੁਝ ਸੈਟਿੰਗ ਹੋ ਚੁੱਕੀ ਆ ਮਾਲ ਲਿਆ ਹੋ ਚੁੱਕਾ ਪਰ ਕੱਪੜਾ ਵੀ ਬਹੁਤ ਵਧੀਆ ਹੈਗਾ ਇੰਪੋਰਟਡ ਸਟਾਫ ਆ ਭਾਜੀ ਇੰਪੋਰਟਡ ਵੇਚਣ ਨੂੰ ਇਹ ਕੋਟ ਪੈਂਟ 4000 ਰੁਪਏ ਦਾ ਵੀ ਵੇਚ ਲਈਏ ਮਨਦੀਪ ਘੱਟੋ ਘੱਟ ਕਿੰਨੇ ਦਾ ਵਿਕ ਜੂਗਾ ਘੱਟੋ ਘੱਟ ਵੈਸੇ ਲੈਣੇ ਆਪਾਂ ਵਿਕ ਜੂਗਾ 4045 ਰੁਪਏ ਦਾ ਇਹ ਭਾਜੀ ਨਹੀਂ ਗੱਲ ਤਾਂ ਇਹ ਆ ਦੇਖੋ ਆਸ਼ੂ ਦੀ ਹੱਟੀ ਬ੍ਰਾਂਡ ਆ ਤੁਸੀਂ ਇਹ ਨਾ ਹੁਣ ਮਿੱਟੀ ਨੂੰ ਵੀ ਕਹਿ ਦਿਓ ਇਹ 100 ਰੁਪਏ ਦੀ ਉਹ ਨਹੀਂ ਉਹ ਵੀ ਲੈ ਜਾਣੀ ਕਹਿਣਾ ਵੀ ਕਿਉਂਕਿ ਵਿਸ਼ਵਾਸ ਆ ਸੱਚ ਆ ਸੱਚ ਕਹਿੰਦੇ ਤੁਸੀਂ ਇਹਨੂੰ ਇਹ ਵੀ ਕਹਿ ਸਕਦੇ ਆ ਵੀ ਜੇ ਬਾਹਰ 10000 ਦਾ ਵਿਕਦਾ ਤੁਸੀਂ ਭਾਜੀ ਜੀ ਗੱਲ ਸਹੀ ਆ ਤੁਸੀਂ 4500 ਦਾ ਵੇਚ ਸਕਦੇ ਆ 572 ਕਿਉਂ ਤੁਸੀਂ ਨਹੀਂ ਖਰਚੇ ਖੁਰਚੇ ਨਹੀਂ ਪੂਰੇ ਕਰ ਲੈਟਾਂ ਚਮਕਦੀਆਂ ਆ ਖਰਚੇ ਹੈਗੇ ਆ ਦੇਖਿਆ ਆ ਕਸਟਮਰ ਯੂਪੀ ਤੋਂ ਆਇਆ ਵੈਸੇ ਆਇਆ ਕਿੱਦਾਂ ਦਿਲ ਕਰੂਗਾ ਰਾਤ ਦਾ ਰੁਕਿਆ ਆ ਰਾਤੀ ਤੁਰਿਆ ਆ ਤੜਕੇ ਤੁਰਿਆ ਆ ਆਪਣਾ ਜ਼ਮੀਨ ਨਹੀਂ ਜਾਜ ਦਿੰਦਾ ਮੈਂ ਇਹ ਨਹੀਂ ਕਹਿੰਦਾ ਪਿਆ ਮੈਂ ਕਮਾਉਂਦਾ ਕੁਛ ਨਹੀਂ 200 300 ਤੱਕ ਕਮਾ ਲਿਆ ਕਰੋ ਇੱਕ ਪੀਸ ਉਹ ਨਹੀਂ ਭਾਜੀ 200-300 ਰੁਪਏ ਜਾਣ ਦਿਓ ਅਗਲਾ ਕਿੱਥੋਂ ਆਸ ਲੈ ਕੇ ਆਂਦਾ ਆਸ ਲੈ ਗਈ ਕਿ ਕਿੱਥੇ ਚੱਲੇ ਆ ਆਸ਼ੂ ਦੀ ਹੱਟੀ ਦੇ ਇੱਕ ਬ੍ਰਾਂਡ ਬਣਾਉਣ ਲਈ ਰਾਤ ਦਿਨ ਵੀ ਕਰਨੀ ਪੈਂਦੀ ਲੋਕਾਂ ਨੂੰ ਪ੍ਰਾਈਜ਼ ਵੀ ਦੇਣੇ ਪੈਂਦੇ ਘੱਟ ਤੋਂ ਘੱਟ ਇਹ ਰਾਤ ਦਿਨ ਮਿਹਨਤ ਐਵੇਂ ਨਹੀਂ ਹੁੰਦੀ ਆ ਕੁਛ ਮਨ ਦੇ ਵਿੱਚ ਧਾਰਿਆ ਵਾ ਸੇਵਾ ਵੀ ਕਰਨੀ ਨਾਲ ਨਾਲ ਕੁਛ ਚੀਜ਼ਾਂ ਹੁੰਦੀਆਂ ਹੁਣ ਆਹ ਕੋਟ ਪੈਂਟ ਲੈਣ ਲਈ ਮੈਨੂੰ 2 ਮਹੀਨੇ ਹੋ ਗਏ ਮੇਲਾ ਮਾਣਾ ਲੜ ਦੇਣਾ 2 ਮਹੀਨਿਆਂ ਬਾਅਦ ਮੈਂ ਤੁਹਾਨੂੰ ਤੁਸੀਂ ਪਿਛਲੀ ਵਾਰੀ ਕੰਬਲਾਂ ਦਾ ਐਲਾਨ ਕਰ ਦਿੱਤਾ ਮੇਰੇ ਨਾਲ ਵੀ ਦੁਕਾਨਦਾਰ ਲੜਦੇ ਸੀ ਉਹ ਕਹਿੰਦੇ ਵੀ ਤੁਸੀਂ ਸਾਰਾ ਕੁਝ ਝੂਠ ਤੂਫਾਨ ਬੋਲਦੇ ਹੋ ਵੀਡੀਓ ਦੇ ਵਿੱਚ ਮੈਂ ਕਿਹਾ ਠੀਕ ਆ ਬੋਲਦੇ ਆ ਤੁਸੀਂ ਜਾਓ ਆਸ਼ੂ ਦੀ ਹੱਟੀ ਤੇ ਚੈੱਕ ਕਰੋ ਤੁਸੀਂ ਜਾ ਕੇ ਕਹੋ ਭਾਈ 225 ਰੁਪਏ ਦਾ ਕੰਬਲ ਲੈਣਾ ਸਾਨੂੰ 225 ਦਾ ਕੰਬਲ ਨਹੀਂ ਮਿਲੂਗਾ ਸਾਨੂੰ ਸੱਦ ਲਿਓ ਅਸੀਂ ਉੱਥੇ ਜਾ ਕੇ ਵੀਡੀਓ ਬਣਾ ਕੇ ਕਹਾਂਗੇ ਵੀ ਝੂਠ ਆ ਬਿਲਕੁਲ ਹਾਂ ਇਹ ਵੀ ਹੋ ਸਕਦਾ ਵਾ ਕਈ ਵੇਲੇ ਗੱਡੀ ਕੋਈ ਲੇਟ ਆ ਜਾਂਦੀ ਜਿਦਾ ਮੰਨ ਲਓ ਜੇ 1000 ਰੁਪਏ ਆ ਗਿਆ ਅੱਗੇ ਪਿੱਛੇ ਹੋ ਸਕਦਾ ਹਾਂ ਮੈਂ ਵੀ ਕਹਿੰਦਾ ਤੁਸੀਂ ਆ ਗਏ ਮੰਨ ਲਓ ਗੱਡੀ ਮੇਰੇ ਕੋਲ ਲੇਟ ਹੋ ਗਈ ਗੱਡੀ ਆਈ ਮੇਰੇ ਕੋਲ 1:30-2 ਵਜੇ ਦੁਪਹਿਰੇ ਲਹਾਨ ਦਾ ਟਾਈਮ ਨਹੀਂ ਬਾਜ਼ਾਰ 'ਚ ਰਸ਼ ਹੁੰਦਾ ਦੂਜੀ ਦੁਕਾਨ 'ਤੇ ਰਸ਼ ਹੁੰਦਾ ਉਹ ਇਨ ਕੇਸ ਹੁੰਦਾ ਅੱਜ ਨਹੀਂ ਹੈਗਾ ਤੇ ਸਵੇਰੇ ਆ ਕੇ ਲੈ ਜਾਣ ਦੁਕਾਨ 'ਤੇ ਮਾਲ ਮੁੱਕ ਵੀ ਜਾਂਦਾ ਕੋਟ ਪੈਂਟ ਸਿਨੇਮਾ ਰੋਡ ਤੇ ਜਿਹੜੀ ਆਸ਼ੂ ਦੀ ਹੱਟੀ ਉੱਥੋਂ ਮਿਲੇਗਾ ਕਿ ਦੂਜੀ ਸ਼ਾਪ ਤੋਂ ਮਿਲ ਜੂਗਾ ਇਹ ਫਿਲਹਾਲ 10-12 ਦਿਨ ਤਾਂ ਸਿਨੇਮਾ ਰੋਡ ਤੋਂ ਹੀ ਮਿਲੂਗਾ ਕੋ ਉਧਰ ਮਿਸਤਰੀ ਲੱਗੇ ਹੋਏ ਆ ਕੰਮ ਚੱਲ ਰਿਹਾ ਵਾ ਉਸ ਤੋਂ ਬਾਅਦ ਸਾਰਾ ਕੋਟ ਪੈਂਟ ਉੱਧਰ ਸ਼ਿਫਟ ਕਰ ਦੇਣਾ ਕੋਟ ਪੈਂਟ ਪੈਂਟ ਸ਼ਰਟ ਕੁੜਤਾ ਪਜਾਮਾ ਬ੍ਰਾਂਡਡ ਉਹ ਤੁਹਾਨੂੰ ਉਸ ਦੁਕਾਨ ਤੋਂ ਮਿਲੂਗਾ ਹਲੇ 5-7 ਦਿਨ ਉਧਰ ਨਹੀਂ ਮਿਲੂਗਾ ਉਧਰ ਨਾ ਜਾਇਓ ਇਧਰ ਹੀ ਆਇਓ ਭਾਜੀ ਚਾਹੇ ਪਿੰਡ ਦਾ ਨੌਜਵਾਨ ਆ ਚਾਹੇ ਸ਼ਹਿਰ ਦਾ ਆ ਚਾਹੇ ਬਜ਼ੁਰਗ ਆ ਪਸੰਦ ਬਣ ਚੁੱਕੀ ਆ ਕੁੜਤੇ ਪਜਾਮੇ ਹਾਂ ਬਣਜੂਗੀ ਤੁਹਾਡੀ ਵੀ ਸ਼ਰਟ 1 ਮੀਟਰ 60 ਪੁਆਇੰਟ ਦੀ ਬਣ ਜੂਗੀ ਕਿੰਨੇ ਦੀ ਮਿਲਣੀ 800-900 ਹਜ਼ਾਰ ਮਾਰਕੀਟ ਰੇਟ ਹੈਗਾ 1200-1300 ਰੁਪਈਆ 1.5 ਮੀਟਰ ਵੱਡੇ ਪੰਨੇ ਦੀ ਸ਼ਰਟ ਆ 1 ਮੀਟਰ 60 ਪੁਆਇੰਟ ਦੀ ਤੁਹਾਡੀ ਸ਼ਰਟ ਬਣ ਜੂਗੀ ਜੇ ਕੋਈ ਜ਼ਿਆਦਾ ਹੀ ਸਿਹਤਮੰਦ ਆ ਕੋਈ ਜ਼ਿਆਦਾ ਹੀ ਉਹਦੀ 2 ਮੀਟਰ ਦੀ ਬਣੂਗੀ ਇਹ ਤੁਹਾਡੀ ਸ਼ਰਟ 325 ਰੁਪਏ ਦੀ ਬਣੂਗੀ ਅਰੇ ਤੁਸੀਂ ਖੁਦ ਸ਼ਰਟ ਇੱਕ ਮਿੰਟ ਖੁਦ ਸ਼ਰਟ ਪਾਈਏ ਕਿੰਨੇ ਦੀ ਆ 1200 ਦੀ ਔਰ ਇਹਨੂੰ ਸਟਾਫ ਨੂੰ ਹੱਥ ਲਾਓ ਤੇ ਇਹਨੂੰ ਸਟਾਫ ਨੂੰ ਹੱਥ ਲਾਓ ਮਲਾਈ ਨਿਰੀ ਮਲਾਈ 350 ਦੇ ਵਿੱਚ ਵਿੱਚ ਤੁਹਾਨੂੰ ਸ਼ਰਟ ਮਿਲ ਜੂਗੀ ਰੰਗ ਜਿੱਦਾਂ ਦੇ ਦਊਂਗਾ ਦੁਨੀਆ ਵੀ ਢੇਰ ਲੱਗੇ ਆ ਢੇਰ ਲੱਗੇ ਪਏ ਆ ਔਰ ਅੱਜ ਆ ਰੰਗ ਆ ਕੱਲ ਉਹ ਨਵਾਂ ਜੋ ਮਿਲ ਚ ਬੰਨਾ ਵਾ ਉਹ ਸਾਡੀ ਦੁਕਾਨ ਤੇ ਪਹੁੰਚਣਾ ਇਹ ਹੈਗਾ ਆ 350 350 ਦੀ ਵੱਡੇ ਪਣੀ ਸ਼ਰਟ ਤੁਹਾਡੇ ਨਾਪ ਦੀ 350 ਰੁਪਏ ਦੇ ਵਿੱਚ ਸ਼ਰਟ ਵੀ ਲੈ ਜਾਓ ਜੀ ਸ਼ਰਟ ਦੇ ਵਿੱਚ ਕਲਰ ਵੀ ਇੰਨੇ ਆ ਬਈ ਤੁਸੀਂ ਇੱਕ ਸ਼ਰਟ ਲੈਣ ਆਉਣੀ ਆ ਤੇ ਤੁਸੀਂ ਇੱਥੋਂ 10 ਸ਼ਰਟਾਂ ਵੀ ਲੈ ਕੇ ਜਾ ਸਕਦੇ ਆ ਤੁਹਾਡੇ ਤੇ ਡਿਪੈਂਡ ਆ ਆ ਲੋ ਬ੍ਰਾਂਡ ਦੇਖੋ ਬ੍ਰਾਂਡ ਆ ਸਾਰੇ ਬਰਬਰੀ ਦੇ ਬ੍ਰਾਂਡ ਆ ਜੀ ਬਰਬਰੀ ਦੇ ਆ ਸਾਨੂੰ ਤਾਂ ਭਾਜੀ 8-8, 10-10 ਪੀਸ ਦੇ ਦਿਓ ਪਹਿਲਾਂ ਬਾਕੀ ਪਤਾ ਨਹੀਂ ਮੁੜ ਕੇ ਮਿਲਣੇ ਕਿ ਨਹੀਂ ਮਿਲਣੇ ਬਿਲਕੁਲ 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 ਫੁੱਲ ਗਰੰਟੀ ਨਾਲ ਹੀ ਐਵੇਂ ਜਾ ਕੇ ਮੌਲਾਂ 'ਚ ਜਾ ਕੇ ਜਾਂ ਕਿਤੇ ਜਾ ਕੇ ਸ਼ੈਲਲ ਹੋਣੇ ਆ ਕੋਈ ਫਾਇਦਾ ਭਾਜੀ ਇੱਕ ਗੱਲ ਨਹੀਂ ਸਮਝ ਲੱਗੀ ਜਿਹੜੇ ਵੱਡੇ ਮੌਲ ਹਨ ਉੱਥੇ ਵੀ ਜਾਂਦੇ ਆ ਉੱਥੇ ਲਿਖਿਆ ਹੁੰਦਾ
5,499 रुपए, एक रुपया घट 5,000, फिर कह दें 80% लैस करके भी 1,500-1,600 मिलती है, तुम 350 रुपए भाजी रंग जिन्हें मर्जी लिया लो जिदा का मर्जी, और यह भी है नहीं जिन्ना मर्जी कपड़ा ले लो आउट कट लेनी लेना। मैं लगता थोड़े हाथ कोई जादू की जड़ी है जरा हाथ लाने इन्ना कपड़ा सस्ता लिया होने पता, फाइट करनी पैंती मिलों के बच्चे तोड़ना पैंता। हूँ मैं कह मैं शर्ट पसंद आ दे दौ जी, मेरे बेच का रेट करिए कहना 1,200 रुपया, ये पहला मिलों के जाके सिर खपाई बहुत करनी पैंती है, मिलों से जाना पैंता रेट उन्होंने भा मोल तोल करके फिर असी रखना एक रेट अपना के। मैं गरंटी ना मेरे रेट से नाप जज को मिल सकती है तो ना मिलेगी। सूटा के बच्चे तो जेडे के बीबिया ने खुश करती हैं कोई भी सूट ऑर्डर होंगे सीधा घर भेज दें, ये भी इस तरह कोई सेम हैगा कोरियर का प्रोसैस भी कोई बाहरले मुल्क तो भी बंदा कहे भाई जरा उ 400-500 का एक कोटमेंट रहना इतने भावे 200 लैके समा के उत्थे पा के तभी मुकड़े नहीं 5 साल नहीं जाने। मेरे को देखो जी 572 10 कोट पेंट बजारो तुम एक कोट पेंट मिलना 5-6 हज़ार रुपए का, मैं तुम उन्ने 10 कोट पेंट देने बखो बखे रंगा रोज पाओ, हफ्ते के होंगे 7 दिन तुम 10 दिन बखरा बखरा रंग पायो कोट पेंट का ओने के और तुम बाजार के लगना एक कोट पेंट। एक देसी जीन की पेंट भी लैन चल जाइए 1200-1400 तो घट नहीं होती, 572 रुपए का कोट पेंट ब्लेजर पूरा एन पूरे बाऊ शाऊ लगन के लिए तुम आशू की हट्टी से आओ 572 रुपए के कोट पेंट ले जाओ। हूँ इस तो बाद मेरे को कुर्ता भी आया जी मुंडिया बहुत ट्रेंड है कुर्ते जमे का, किड़ा मर्जी रंग ले लो कुर्ते जमे जो मर्जी देखो रंग सारे लिया मर्जी जरा के प्रोपर थान है 66-67 शाम गड्डी होर भर के आनी है। एक मेरे को कुर्ता मैं बड़े बने का परफ्यूम वाला वह भी बहुत लगता स्टार्टिंग बड़िया गल्लां इह आ भाई जिन्ना क समान आता है इन्ना क रश पैंता इन्ने क लोग विश्वास बनाई बैठे आ दो घंटे के खाली हो रहा है पट्टी गल ये तुसी भी आ चीज़ा वेखते हैं तो जल्दी जल्दी आके लै जाओ कि इदा ना वीडियो देखने तो बाद कहो भी कोई नहीं नैक्सट वीक जावे नैक्सट वीक समान थानू मिलेगा प्राइज़ भी मिलेगा शायद कलर ना मिले शायद कोई बिचों मिस हो जाए ये तुहाडे ते आ तुसी जल्दी आओ तो अपना जिहड़ा कि शॉपिंग कर सकते हैं। कपड़ा तलाओ चम चम करता मलाई एक मीटर नहीं इन्हें मिलना एक मीटर बटर सिल्क कहते हैं कुर्ते पजामे वास्ते स्पैशल आइटम बनी स्पैशल कुर्ते पजामे वास्ते बटर सिल्क कपड़े शाइन देखो ड्राई क्लीन हो गए हजे नवा नवा आए होंगे हाँ जिदा मान लो बड़े बड़े सिंगल कलाकार ये कपड़ा पाते हैं स्टेजा जाने वास्ते और उन्होंने प्राइज हो जाता वा बहुत ज्यादा एक कुर्ता मैं मार्केट 2,800-3,000 बिक रहा है बड़े आराम न वह तो कपड़ा तला के पता लगे जाना असं तो उपड़े चले जा 500 रुपए का कुर्ता मैं देवे 500 रुपए का रंग खोल मंदी आलो 500 रुपए कपड़ा देखो ये कुर्ते पजामे आ जो सिद्धू मूसे वाला पाँगा ज होर सिंगर पाँदे अजकल जो ट्रेंड बन चुका इन्ना क रवाज चल रहा कुर्ते पजामे का सारे कलाकार स्टेज पर भी रणजीत बाबा बिल्कुल बिल्कुल तो जेकर आप फोटो दिखा के किसी भी शॉप से जाने भी सानू आ रणजीत बाबे वाला कुर्ता पजामा दे दौ तो थानू नहीं कहना जी 3,500 रुपए का तुम बारगेनिंग नहीं करनी तुम कहना लै भी आप वधिया लै चलने 3,500 का भी लै लेना 500 रुपए का लै जाओ इतों आके रंग भाजी मूहों बोल दे रंग मूहों बोल दे मेरे को कुर्ता भी मैं गर्म भी आ गया वा तो मैं कहना उच्चा नीवा भी नहीं होना फुल गरंटी कुर्ते मैं फुल गरंटी वो लांबा है भी इदे रख जो भाजी किन्ने चिर तो इदा ही आ रहे हैं गाहक जिमें आता सामने अभी आप देख लिया क्योंकि क्या सुने बखरा होंगे जो आप देख लेना यूपी तो आए टाइम देखो घड़ी का कितना होया टाइम देखो घड़ी घड़ी का टाइम देखो कितना 6 बजे बाकी वेले 4:30 का गा खड़ा होंगे दुकान के बाहर और सानू भी उन्हें जल्दी आना ही पैंदा ये सदा ही चलना मैं इधे चले जाना यदा कारण भाजी आया या रेट क्वालिटी और क्वालिटी कला रेट नहीं और नाल क्वालिटी ते क्वांटिटी भी कमले कर दिते सारे जाने के दस दिता भी कम कि होंगे की प्राइस है
पहला माल लेना भी सौखा हूँ जो मैं वैसे जाऊँगा मैं पसंद आ भेज दौ वो फिर मेरी रेंज भी बाकी आवानी आ उन्होंने फाइट करनी पैंती मिलों के जाके भी सानू आ रेट पुगता असी आह भा लेना असी आह भा ही बेचना पर भाई तुम तो उदा जिदा कह सकते भी रातों रात ही भावें चार दुकाना होर खोलो जेकर तुम भी जिदा रेट सही लाओ सही का मतलब जिमें 572 का कोट पेंट कह रहे हो ये 1072 का कहो तो भी लैन लागे बिकना बड़े आराम ना बिक सकता ये की सोचा सिर्फ 572 ही क्या 500 बेचने 572 872 कह दो 1272 कह दो 572 का बेचना आ तो बेचना भी 572 का ही आ स्टार्टिंग रेंज आ बाकी उपर भी रेंज हैगी सली वधिया हो रेंजा भी है सिर्फ 572 रुपए का जेरे कोट पेंट का कपड़ा तुम हाथ ला के देख लो ये कोई माड़ा नहीं है बहुत सोहना कपड़ा आ ब्रांडेड कपड़ा आ और सारा इटालियन बेस आ 572 रुपए ना कोट पेंट कोई दे सकता तो ना किसी को दे होगा रंग बड़े सोहने ब्लैक रंग भी आ स्काई भी आ मैरून भी आ रंग रंग बहुत ज्यादा यही नहीं घट है कपड़ा कलर भी इन्ने सोहने 572 तो रेंज जी उपर क्रशमे एंड 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 कह लो शाम तक पार्सल आए ने थोड़े पार्सल आ चुके हैं खोलते पे मिलाते पे हैं हूँ बाकी सूटा की वरायटी भी आज सारे देख रहे हैं मेरे कोट पेंट के कपड़े है सारे कोट पेंट के कपड़े रंग भी सारे सोहने वो देख सकते हैं 350 शर्ट प्रिंटर सिर्फ 2600 रुपए का एक दो सूट नहीं मिलने भावे 100 सूट ले लो चनोन के दुपट्टे चम चम करते सूट आशे चम चम करते सूट बाकी पैकिंग पैंट शर्ट कुर्ता पजामा पगां टावल हर चीज थोड़े दिन तक अवेलेबल हो जानी है गलबात भी चलती पी मिलों के नाल थोड़ी जगह की प्रॉब्लम हो सकी सारा कुछ हॉल हो जाना जी ठीक लैन लगती दुकान के बाहर वो भी खत्म हो जानी है वेटिंग नहीं करनी पेगी आँदे सीधे ठा आशू चट्टी अभी एक दो दिखा दो बड़े हैवी है तो लहंगे तो ही भारे सूट लग रहे है देखने ये रेट है सिर्फ 3000 रुपया तहु किसी ने कढ़ाई नहीं कट के देनी 3000 रुपये सिल्क के सूट के 3000 रुपए का चम चम करता सूट ऑल ओवर 10-12000 तो घट नहीं मिलता नहीं मिलता नहीं मिलना हैंडवर्क का काम है जी एड़ा धागे का काम टोटल हैंडवर्क आ दुपट्टा देख सकते दुपट्टा कितना प्यारा सिर्फ मिलना 3000 रुपए का एक गल होर इतने क्लीयर हुई है भी ये भी बिना दिमाग चो भी आशू दी हट्टी से 250 का सूट मिलता 500 का मिलता 700 का इतने 10000 का सूट भी है इतने 5000 का सूट भी है इतने 3000 का सूट भी है पर जोड़ा 3000 का सूट आ बड़ा फर्क वो भी आ बारहों 8000 का मिलेगा वो 5000 का सूट है बारहों 12-14000 का मिलेगा इन्ने जे डिफरेंस है इतने हूँ आई सूट आ हर ऑल ओवर सूट आ मसलीन कॉटन का जी सिर्फ 800 रुपए का फुलकारी फुलकारी की चुनी कल चुनी तुम इन्नी मिलनी अवेलेबल वरायटी आ होलसेल प्राइस आ होलसेल प्राइस आ सिर्फ 800 रुपए फुलकारी पवाओ सूट रंग भी सोहने कपड़ा भी सोहना कलर चार आने सूट भावे 100 कहोगे 100000 बोरे बंद पे आ पार्सल बंद पे अपने एक कॉटन की चुनी लैन गया बाकी सियाने वाले सूट मेरे को जो मान लो बीबियां आई प्योर टशीन का सूट आ मैं गरंटी करता 2500 कट लिया दिखा दियो कपड़ा हाथ लग देखो भाजी कपड़ा 2000 सिर्फ 1400 रुपये हाथ लाओ मेरे हर सूट के उपर रेट लगे लगे हुए चाहे कोई NRI आए पहला टैग दिखाओ किदा क्योंकि कोड बल्ड दे नहीं ना कोड बल्ड ना होना ना हो सकता वड्डी गल ये हैगी दिखाओ जी बिच इत्थे जिहड़ा रेट का टैग हैगा वो क्लीयर कट आ कोई अखां च कट्टा नहीं कोई हेरा फेरी नहीं कोई चोर बजारी नहीं 1450 भाई ने कह रहे 1450 इत्थे लिखिया होया आ नहीं तां तुसीं किसे वड्डे शोरूम भी जाने वो घाजा माजा जिहा लिखिया हुंदा आ अपने कोड वर्ड होंगे जिदा का गाहक उदा का रेट भाजी कोई भी गाहक आ जाए 10-20-50 सूट लवे फिक्स रेट है भाजी कोई जे कहूगा ना कोई 1449 रुपये लाला नहीं लगना जै रेट 1450 तय कर लिया आ हो गया इको ना मेरे को कहो 1000 पीस कट दे प्योर करेब डिशीन का सूट आ तुम लोग कहें भी इन्नी दूरों आया जी 10-50-100 कटा दो कसम पता जाय आ मैं लगता मैं बहुत घट चांस अगला कहता तेरा बिल बने 18200 रुपया 200 रुपये अगला उपला देख जाना जायज मेरे को कल से मिले मेरा दोस्त आ कहता भी उन्होंने घर के इतने शॉपिंग करना आए थे कहें भी चलो कारोबार चौथ है
एक सूट लेने आए थे कहता भरावा भी सूट लाए उतो जाके क्यों इदा मान लो आ सूट आ हूँ तेन देखने वधिया लगा जब तुम प्राइज देखना ना तुम कहना एक दिन मैं चार दे फिर काम आजगे घर अगला दूर मान लो स्पैशल नहीं आया कि अगला अंबरसर गया दिल्ली तो ज कि अगला राह स्टे करता है आशू हट्टी रुकन लिए जब अगला देखता आ सूट है 600 रुपए का और रेट भी उपर 600 लगा आ पढ़ता दे जिते हजारा सूट एक दिन बिकता हजारा सूट लोग लाइना लाए खड़े भाजी एक गल होर देखी है ये समझ तो बाहर आ एक मिनट का टाइम नहीं किसी बंदे को एक मिनट का टाइम उत्थे लोग जिवें बिजली का बिल जमा करवाना होंगे इदा खड़े होंगे खड़े भी इदा होंगे जिदा गोरे खड़े होंगे चुप वाले खड़े उन्होंने कोई नहीं भी चलो यार लाइन च जाना क्यू दे विच जाना भाई दो दो घंटे गाहक उत्थे खड़ा आ तुहाडे बंदे देखिया कोई उन्होंने कोल्ड ड्रिंक पिला रहा कोई चाह पिला रहा तुहाडा भी लंगर खुला ही चल रहा इत्थे मैं देखदा 7-7 घंटे वो किदां भाजी इस तरह मैनेज करदे इन्ना टाइम लोग क्यों खड़ते हैं बाहर भाई रेट और क्वालिटी और 5 बजे मैनू नहीं लगता कोई दुनिया की दुकान खोल दी हो कोई कपड़े की सब्जी फड़िया भी 6-7 बजे खोल दी कपड़े की दुकान दुनिया के सिर्फ आशू हट्टी खोल दी 5 बजे और 5 बजे कस्टमर भी आया लगता भाई तुम 24 घंटे करना पैना जिदा बाहर स्टोर चलते 24 आवर हाँ जो तुम मेरे को सूट वैसे तो पुछूंगा रेट का की आने मन च होना रेट का 1200 होना और जब मैं तुम दसना मैं 600 रुपया तुम एक नहीं कहना जो मैं जिन्ने है दे दौ बस दे दौ लफावे भर भर के रुके जाते बोरे भर भर के कपड़िया अगला कहने दिल ही नहीं करता तेरा 4300 बने तू 4300 ही लैना अगला 300 टुटा पेल फटा दिता हूँ 572 रुपए है मान लो कोट पैंट की अज ताजी गल कर लें सिर्फ 572 रुपए का कोट पैंट आ तुम 72 रुपए या दुपले 2 रुपए टा लोगे मैं भाण भी मंगा रख ली अच्छा कस्टमर मोड़ने भी आने 580 दिते 8 रुपए मोड़ने भी आ चलो जी मुड़ के लै जो ना 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 मैं भाण मंगाई हुई है स्पैशल भाण भी ना रखी आ हूँ तुम 572 तेन कोट पैंट दसिया तुम तुम दिल करता कि होर घटाल मा ये सोच तो बारा काम आ दिल ये करता भी एक लेना क्योंकि आम गल भाई जो 5-4 हजार का बारहों एक मिलना बंदा जब 572 सुनता यह कहना भी रेड कलर पा दो ब्लैक पा दो मैरून पा दो होर भी कस्टमर जो इतने आ रहे हैं एक इतों मिलने उ 10 रंग बिरंगे रंग पाओ बड़ा फर्क है प्राइस दे विच ते क्वालिटी फुलकारी दी चुन्नी आ आ टिशू कलर लवाना होवे आ टिशू कलर लवाना होवे ना 200 रुपया टेलर मंग लैंदा असीं तुहानूं 200 च फुलकारी दी चुन्नी पूरी दे देनी आ रंग जिन्ने तुहाडे दिल करदा जिन्ने मर्जी रंग ओ जिहदा अजकल ब्याह शादी शॉपिंग की कर प्राइस दस्सिया 200 रुपए दी 200 रुपए दी 200 रुपए दी फुलकारी चुन्नी और टिशू भी लगा आ प्योर दे उपर फुलकारी भी बहुत सोहणी आ सति श्री अकाल जी कित्थों आए तुसीं मैं अमृतसर तो सीधे अमृतसर तो आए हो नहीं नहीं वैसे मैं जलंधर तो हूं उद्दा मैं अमृतसर रहने ब्रदर नाल आए जलंधर कदों आ गए 2 दिन होए आए ना पहला आए आज हट्टी नहीं पहली बार आए हैं नहीं लाइव रोज देखते हैं पर पहली बार आए तुसी अमृतसर तो आए हो इतनी दूर सारा कुछ छोड़ के मेरे 6 बजे 6 बजे ही पहुंच गए इतने मैं सोचा भी 6 बजे भी कपड़े खरीदने हैं नहीं जी देख के मान ले चांदा ना फिर देखो ये है कमाल दी गल्ला बाकी गल सब्जियां लैन भी तुम घरों 6 बजे नहीं निकलते कि दिन चढ़े जावे इतने सूट लैन आ रहे 6 बजे सवेर 5 बजे आ रहे 4:30 आ रहे एक आया मूवी वाला सूट ए ना पे है चल मेरा पुत ऑल ओवर सूट आ पहला रेट से 1300 रुपया अज उन्हें रेट का करता देखो कि रेट लगा पर 900 रुपए चनोन का दुपट्टा भी नाल आ फुल गरंटी है समा के पाओ जिदा मर्जी हूँ करवा चौथ का सीजन शुरू हो गया अज मेरे को शाम तक प्लाजो शरारे इन्ने आने जोरजट के 900 रुपए का प्लाजो 900 रुपए शरारा जोरजट के लैनिंग भी नाल ये होलसेल रेट आ छुट्टी वाले ने होलसेल एक गल भी आ जरूरी नहीं कि ਤੁਸੀਂ ਚਾਲੇ ਜਿਹੜੇ ਸਾਡੇ ਭੈਣ ਭਰਾ ਬੁਲਾਤਿਆਂ ਨੂੰ ਮਾਤ ਦੋਗੇ ਹਨਾ ਆਸ਼ੂ ਦੀ ਹੱਟੀ ਆ ਕੇ ਬਿਲਕੁਲ ਐਦਾਂ ਖੰਡ ਕੇ ਆ ਕੇ ਵੀ ਆ ਲੈ ਵੀ ਇੱਕ ਇਹ ਚਾਹ ਬਣ ਚੁੱਕਾ ਆ ਆਸ਼ੂ ਹੱਟੀ ਤੇ ਜਾਣਾ ਆਸ਼ੂ ਹੱਟੀ ਜਾਣਾ ਆਸ਼ੂ ਦੀ ਹੱਟੀ ਤੇ ਐਦਾਂ ਲੋਕ ਆ ਰਹੇ ਆ ਜਦੋਂ ਸ਼ਿਮਲੇ ਨੂੰ ਜਾਣਾ ਹੁੰਦਾ ਤੁਸੀਂ ਜਦੋਂ ਵੀ ਟੂਰ ਤੇ ਜਾਂਦੇ ਹੋ ਕੁੱਲੂ ਮਨਾਲੀ ਸ਼ਿਮਲਾ ਚਾਹੇ ਇੰਗਲੈਂਡ ਕੈਨੇਡਾ ਵੀ ਜਾਣਾ ਹੋਵੇ ਪਹਿਲੇ ਹੀ ਆਪਾਂ ਪੈਗਾਂ ਸ਼ੁਰੂ ਕਰਨ ਲੱਪਨੇ ਆ ਵੀ ਆ ਬਈ ਭਾਈ ਕੱਪੜਾ ਨਾ ਕੋਈ ਰਹਿ ਜਵੇ ਕੋਈ ਹੋਰ ਚੀਜ਼ ਨਾ ਰਹਿ ਜਵੇ ਆਸ਼ੂ ਦੀ ਹੱਟੀ ਤੇ ਆਉਣ ਦੇ ਲਈ ਆ ਤੁਸੀਂ ਖੁਦ ਦੇਖ ਰਹੇ ਹੋ ਸਾਡਾ ਕੋਈ ਨਹੀਂ ਅਸੀਂ ਸਾਡਾ ਨਾ ਯਕੀਨ ਕਰਿਆ ਕਰੋ
जो लोग आके दस रहे कोई दो दिन तो आके बैठा कोई यूपी तो आके बैठा आशु की हट्टी के आने का चा ही वक्रा आ मेरे ख्याल ब्याह तो वध चा होंगे वध चा आशु हट्टी का और असं उन्होंने चा निराश नहीं कर सकते हम देखो आही सूट आ 900 रुपए का यदा रेट पहले अभी 1300-1200 हूँ इन होर कटाता हूँ इन 900 बेच लिया कोट पैंट का मैं तुम महीना देखो ईमानदारी वाली गल कि बेचा पहला 1300 रुपए जे पहला 1300 का बेचा गाहक न पता भी 1300 आ हूँ भी 1300 का बेच सकता पर जे इन्होंने पिछों 400-450 घटाता तो गाहक का भी घटाता जिदा के भाजी है इदा के गाहक बन चुके आ 5 बजे आने 4:30 बाहर खड़े आ भी कदों खोलनी दुकान कदों आना किस तरीके करना सो गल ये आ भी जितों फायदा मिलता बंदा उत्थे जाता जेकर सानू पता सानू 1000 मील की दूरी से जाए कोई फायदा होंदा तो लोग आ रहे ये एग्जाम्पल फगवाड़ा दे लोगों लई प्राउड वाली गल आ फगवाड़ा दे लोगों लई ब्रांड बन गया आ जदों कहते आशु की हट्टी का नाम बजता फगवाड़े का नाम बजता जो फगवाड़े का नाम बजता तो आशु की हट्टी का नाम बजता क्योंकि आप कही होना दिल्ली का इंडिया गेट होर किसी शहर की आपो अपनी पहचान होंगी है पर फगवाड़े की पहचान आशु की हट्टी बन चुकी आशु हट्टी बड़ी मेहनत की भाजी सामने मेहनत 5 बजे पहले आया असं हमेशा दस दें ये वीर साडा वो शख्स आ स्कूटर के उत्ते फेरियां लाने वाले 4-4.5 पिंड कपड़ा स्कूटर के उत्ते रख के भी करते मैं क्या भाजी ये गल दस दीए केंद्र ये गल जरूर दसनी आ लुकानी नहीं हैगी भाजी क्योंकि बंदा ना जो थोड़ा जहा उपर आता है ना बंदा कहता यार ये गल दस्यो भी स्कूटर से फेरी लाई मैं हाले भी स्कूटर रखे आया उस स्कूटर मैं हाले भी सामने रखे आया असं दिखा आया किसी दिन दिखा देंगे तुम धो धू के साम के है शिंगार के ना वो स्कूटर ही जरूर दिखा वो मेरे ग्यारह च पिया मैं बेचा नहीं ना मैं बेचना है वैसे ही खड़ा मेरे को वैसे मेरे को खड़ा है उत्तर तो वह प्यारा हाँ निशानी रखी हुई है उत्तर जाग जमा लगा तो ये होंगे आ मेहनत लोग कहें कम है नहीं इन्हों को टाइम है नहीं कम करना आना चाहिए सारा कुछ होंगे सो सारे ही दर्शकों एक बड़ा चैलेंज चैलेंज ये करते हैं ये बंदे की यह खासियत भाजी उन्होंने चैलेंज करना इन्हों पसंद आ अपने मुँहों कड़े बोल पकाना उदू बड़ा पसंद आ सो तुसी सारा कुछ देख लिया 572 रुपए के कोट पेंट थानू किधर नहीं मिल सकता दुनिया च नहीं मिल सकता दुनिया च इंडिया च नहीं दुनिया च नहीं मिल सकता इस क्वालिटी के इस कपड़े 572 का कोट पेंट थानू नहीं मिल सकता तो नहीं मिल सकता जिते इन्होंने लेडीज सूटों के धक्क पाई उस तो बड़ा ब्लास्ट जेंट्स के भी कर दिता है